ਕਹਿੰਦੇ ਦੁਸ਼ਮਣੀ ਕੱਢੀ ਹੈ ਸੀਐਮ ਚੰਨੀ ਸਿੰਘ ਚੰਨੀ ਨੇ ਦੁਸ਼ਮਣੀ ਕੱਢੀ ਕਹਿੰਦੇ ਉਹਨਾਂ ਦੇ ਭਰਾ ਨੇ ਅਕਾਲੀ ਦਲ ਦੀ ਨਗਰ ਕੌਂਸਲ ਕਮੇਟੀ ਦੇ ਵਿੱਚ ਵੋਟ ਭੁਗਤੀ ਸੀ ਉਦੋਂ ਮੈਂ ਵਿਰੋਧ ਕੀਤਾ ਸੀ ਉਸ ਦਾ ਕਹਿੰਦਾ ਨਤੀਜਾ ਮੇਰੀ ਟਿਕਟ ਕੱਟਣ ਦੇ ਕਰਕੇ ਉਹਨਾਂ ਨੇ ਕਹਿੰਦਾ ਕਿ ਉਹ ਮੇਰੀ ਦੁਸ਼ਮਣੀ ਕੱਢੀ ਹੈ ਜਦੋਂ ਬੰਦਾ ਸੀਐਮ ਬਣ ਜਾਂਦਾ ਉਹ ਇੰਨੀ ਛੋਟੀ ਆ ਗੱਲਾਂ ਨੂੰ ਸੋਚਦਾ ਹੀ ਨਹੀਂ ਮੇਰੇ ਹਿਸਾਬ ਨਾਲ ਕਾਂਗਰਸ ਮਾਈਂਡਡ ਮੈਂ ਕਹਿੰਦਾ ਸਾਡਾ ਹਲਕਾ ਜਿਹੜਾ ਇਹ ਕਾਂਗਰਸ ਮਾਈਂਡਡ ਲੋਕ ਜ਼ਿਆਦਾ ਨਹੀਂ ਬਿਲਕੁਲ ਸਭ ਨੇ ਕਾਨਫਰੰਸ 'ਚ ਇਹ ਗੱਲ ਕਹੀ ਹੈ ਤੁਸੀਂ ਕਹਿ ਰਹੇ ਕਾਂਗਰਸੀ ਬਹੁਤ ਨੇ ਇਸ ਚੀਜ਼ ਦਾ ਫਾਇਦਾ ਚੁੱਕਿਆ ਪਰ ਉਹਨਾਂ ਨੇ ਮੱਝ ਦੀ ਕਾਨਫਰੰਸ ਕੀਤੀ ਉਹਦੇ ਵਿੱਚ ਇਹ ਗੱਲ ਕਹੀ ਹੈ ਕਹਿੰਦਾ ਕਿ ਕਾਂਗਰਸ ਕਰਕੇ ਹਲਕਾ ਖੜਦੀ ਕੰਗ ਕਰਕੇ ਹਲਕਾ ਇਹ ਭੁਲੇਖਾ ਜਾਂ ਤਾਂ ਸਾਡਾ ਨਿਕਲ ਜੂ ਜਾਂ ਕੰਗ ਸਾਹਿਬ ਦਾ ਨਿਕਲ ਜੂ ਉਹ ਭੁਲੇਖਾ ਕੱਢਣ ਨੂੰ ਫਿਰਦੇ ਨੇ ਵੀ ਬਨੀ ਨੂੰ ਉਹ ਬਨੀ ਨੂੰ ਬਨੀ ਨੂੰ ਯਾਦ ਕਰਾਓ ਜ਼ਰੂਰ ਆਜ਼ਾਦ ਕਢਾਉਣ ਨੂੰ ਫਿਰਦੇ ਇਹੀ ਗੱਲ ਕਹਿੰਦਾ ਵੀ ਭੱਜੇ ਹੋਣਾ ਇਸ ਗੱਲ ਉਹ ਕਹਿੰਦੇ ਚਮਕੌਰ ਸਾਹਿਬ ਜਾ ਕੇ ਮੈਂ ਕਾਨਫਰੰਸ ਕਰਕੇ ਖੁਲਾਸੇ ਕਰਾਂਗਾ ਸੀਐਮ ਚੰਨੀ ਸਿੰਘ ਚੰਨੀ ਦੇ ਮੀਟੂ ਵਾਲਾ ਕੇਸ ਹੋਰ ਉਹਨਾਂ ਨੇ ਖੁਲਾਸੇ ਕੀਤੇ ਰੇਤੇ ਦੇ ਕਿਸ ਤਰੀਕੇ ਮੀਟੂ ਤੇ ਆ ਜਾਓ ਕੋਈ ਕਿਤੇ ਕੰਪਲੇਂਟ ਹੈਗੀ ਰਜਿਸਟਰਡ ਪਰ ਮਨੀਸ਼ਾ ਗੁਲਾਟੀ ਨੇ ਵੀ ਕਿਹਾ ਸੀ ਕੀ ਕਿਹਾ ਸੀ ਜਦੋਂ ਉਹਨਾਂ ਸੀਐਮ ਚੰਨੀ ਸਿੰਘ ਚੰਨੀ ਦੇ ਖਿਲਾਫ ਉਹਨਾਂ ਨੇ ਮੰਗੀ ਸੀ ਕਾਰਵਾਈ ਕੈਪਟਨ ਅਮਰਿੰਦਰ ਸਿੰਘ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਹੀ ਬਿਆਨ ਆ ਗਿਆ ਉਹ ਕਹਿੰਦੇ ਕਿ ਮੀਟੂ ਵਾਲੇ ਕੇਸ 'ਚ ਮੇਰੇ ਪੈਰ ਪਕੜੇ ਸੀ ਸੀਐਮ ਚੰਨੀ ਸਿੰਘ ਚੰਨੀ ਨੇ ਕਿ ਮੈਨੂੰ ਬਚਾਓ ਮੈਂ ਤਾਂ ਇਹੀ ਗੱਲ ਕਹਿੰਦਾ ਫਿਰ ਤੁਸੀਂ ਜਿਹੜਾ ਕੰਗ ਸਾਹਿਬ ਨੇ ਉਦੋਂ ਮੋਰਚਾ ਖੋਲਦੇ ਅੱਜ ਅਸਤੀਫਾ ਦਿੱਤਾ ਬੰਨੀ ਨੇ ਉਹ ਕਹਿੰਦਾ ਕਿ ਮੈਂ ਆਜ਼ਾਦ ਤੌਰ 'ਤੇ ਚੋਣ ਲੜਨਾ ਦੂਜੇ ਪਾਸੇ ਅਜੇ ਕੈਬਨਿਟ ਮੰਤਰੀ ਸਾਹਿਬ ਕੈਬਨਿਟ ਮੰਤਰੀ ਜਗਮੋਹਨ ਸਿੰਘ ਕਾਂਗਰਸ ਦੇ ਵਿੱਚ ਹੀ ਨੇ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗੁਰਪ੍ਰਤਾਪ ਅਸਤੀਫੇ ਦੀ ਮੰਗ ਕਰੇਗਾ ਉਹਨਾਂ ਮੈਂ ਤਾਂ ਅੱਜ ਕਹਿੰਦਾ ਇਹ ਕਿਉਂ ਤੁਸੀਂ ਡਰਾਮਾ ਟੂ ਫੇਸ ਵੈਲਿਊ ਕਿਉਂ ਕਰਦੇ ਹੋ ਤੁਸੀਂ ਇੱਕ ਪਾਸੇ ਕਹਿੰਦੇ ਹੋ ਮੈਂ ਖੈਰ ਮੰਗਾਂ ਦਾ ਮੈਂ ਝੋਲੀ ਅੱਡਾਂਗਾ ਮੈਂ ਬੰਨੀ ਕਹਿੰਦਾ ਮੇਰਾ ਕਾਂਗਰਸ ਹਾਈ ਕਮਾਂਡ ਦਾ ਵਿਰੋਧ ਨਹੀਂ ਮੇਰਾ ਚੰਨੀ ਦਾ ਵਿਰੋਧ ਹੈ ਸੀਐਮ ਚੰਨੀ ਦਾ ਵਿਰੋਧ ਹੈ ਤੁਸੀਂ ਜਾ ਕੇ ਚੰਨੀ ਦੇ ਖਿਲਾਫ ਇਲੈਕਸ਼ਨ ਲੜ ਲਓ ਅਸੀਂ ਮੁੰਡੇ ਨੂੰ ਇਲੈਕਸ਼ਨ ਲੜਾਉਣੀ ਖਰੜ ਵਿਰੋਧ ਮੇਰਾ ਚਮਕੌਰ ਚ ਹੈ ਮੇਰਾ ਬੂਟਾ ਕਹਿੰਦਾ ਉੱਥੇ ਲੱਗਿਆ ਮਰੰਡੇ ਕਹਿੰਦਾ ਉੱਥੇ ਮੈਂ ਲੋਕਾਂ ਤੋਂ ਖੈਰ ਮੰਗ ਰਿਹਾ ਫਿਰ ਥੋਤੋਂ ਕਿਰਤ ਘਣ ਬੰਦਾ ਹੀ ਕੋਈ ਬਣੀ ਕੰਗ ਖੜੇ ਜ਼ਰੂਰ ਕਿੰਨੀਆਂ ਵੋਟਾਂ ਪੈਣਗੀਆਂ ਜਿੱਤਣਗੇ ਤੁਸੀਂ ਜਿੱਤ ਦੀ ਗੱਲ ਕਰਦੇ ਹੋ ਜੇ 5000 ਵੋਟ ਪੈ ਜਾਵੇ ਤਾਂ ਵੱਡੀ ਗੱਲ ਉਹ ਤਾਂ ਕਹਿੰਦੇ ਸਾਡੀ ਸਭ ਤੋਂ ਵੱਡੀ ਸਾਡੀ ਮੈਂ ਕਹਿੰਦਾ ਮੈਂ 50,000 ਰੁਪਈਆ ਫੰਡ ਵੀ ਦੇ ਕੇ ਆਊਂਗਾ ਹੋਰ ਦੱਸੋ ਖੜੋ ਸਹੀ ਮੈਂ ਤੁਹਾਨੂੰ ਔਨ ਰਿਕਾਰਡ ਕਹਿ ਸਕਦਾ ਮੈਂ ਸੀਐਮ ਸੁਣਨ ਤੋਂ ਮੁੱਚਦਾ ਨਹੀਂ ਕਿਸੇ ਕੇਸ ਦੇ ਵਿੱਚ ਫਸਾਉਣ ਦੀ ਕੋਸ਼ਿਸ਼ ਕੀਤੀ ਮੈਂ ਮੇਰਾ ਕੀ ਗੱਲ ਹੈ ਅੱਛਾ ਰੈਗੂਲਰ ਚੱਲੇਗਾ ਗੁਰਪ੍ਰਤਾਪ ਹੁਣ ਜਿਵੇਂ ਸੀਐਮ ਦੀ ਚੱਲਦੀ ਕੰਪੇਨ ਚੱਲ ਰਹੀ ਹੈ ਇਹ ਲੋਕਾਂ ਦੇ ਵਿੱਚ ਰਹੇਗਾ ਬਿਲਕੁਲ ਵਿੱਚ ਰਹੇਗਾ ਜਾਂ ਫਿਰ 5 ਸਾਲ ਵਾਸਤੇ ਫਿਰ ਗਾਇਬ ਹੋ ਜਾਏਗਾ ਪੰਜਾਬ ਦੇ ਵਿੱਚ 2022 ਦੀ ਚੋਣਾਂ ਦਾ ਮਾਹੌਲ ਭਖਿਆ ਹੋਇਆ ਇਸ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਆਪਣਾ ਆਪਣਾ ਪ੍ਰਚਾਰ ਜਿੱਥੇ ਕੀਤਾ ਜਾ ਰਿਹਾ ਹੈ ਤਾਂ ਦੂਜੇ ਪਾਸੇ ਕਾਂਗਰਸ ਵੱਲੋਂ ਪਿਛਲੇ ਦਿਨੀ ਜੋ ਲਿਸਟ ਜਾਰੀ ਉਮੀਦਵਾਰਾਂ ਦੀ ਕੀਤੀ ਗਈ ਸੀ ਉਸ ਤੋਂ ਬਾਅਦ ਇੱਕ ਜਿਹੜਾ ਕਾਂਗਰਸ ਦੇ ਵਿੱਚ ਘਮਾਸਾਨ ਮੱਚ ਚੁੱਕਾ ਹੈ ਜਿਨ੍ਹਾਂ ਉਮੀਦਵਾਰਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਸੀ ਉਹਨਾਂ ਨੇ ਲਗਾਤਾਰ ਕਾਨਫਰੰਸਾਂ ਕਰਕੇ ਸੀਐਮ ਚੰਨੀ ਸਿੰਘ ਚੰਨੀ ਮੁੱਖ ਮੰਤਰੀ ਨੂੰ ਵੀ ਉਲਾਂਭੇ ਦਿੱਤੇ ਨੇ ਕਿ ਉਹਨਾਂ ਦੀ ਟਿਕਟ ਉਹਨਾਂ ਵਜ੍ਹਾ ਕਾਰਨ ਕੱਟੀ ਗਈ ਹੈ ਤਾਂ ਇਸ ਨੂੰ ਲੈ ਕੇ ਹਲਕਾ ਖੜ ਅੱਜ ਕੱਲ੍ਹ ਹੌਟ ਸੀਟ ਬਣਿਆ ਹੋਇਆ ਹਲਕਾ ਖੜ ਦੇ ਵਿੱਚ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਦੀ ਜਦੋਂ ਤੋਂ ਟਿਕਟ ਕੱਟੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਸੀਐਮ ਦੇ ਖਿਲਾਫ ਜਿਹੜੇ ਕਾਨਫਰੰਸਾਂ ਕਰ ਰਹੇ ਨੇ ਅਤੇ ਨਾਲ ਦੀ ਨਾਲ ਨਵੇਂ ਉਤਾਰੇ ਉਮੀਦਵਾਰ ਵਿਜੇ ਸ਼ਰਮਾ ਟਿੰਕੂ ਦੇ ਖਿਲਾਫ ਵੀ ਕਾਫੀ ਜਿਹੜੇ ਉਹਨਾਂ ਨੇ ਖੁਲਾਸੇ ਕੀਤੇ ਨੇ ਤਾਂ ਇਸ ਨੂੰ ਲੈ ਕੇ ਜਦੋਂ ਤੋਂ ਇਹ ਕਾਨਫਰੰਸਾਂ ਹੋਈਆਂ ਨੇ ਤਾਂ ਕਾਂਗਰਸੀ ਵਰਕਰਾਂ ਦੇ ਵਿੱਚ ਰੋਸ ਹੈ ਕਿ ਕਾਂਗਰਸ ਦੇ ਵਿੱਚ ਇੰਨਾ ਲੰਬਾ ਸਮਾਂ ਬਤੀਤ ਕਰਕੇ ਸਾਬਕ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਅਤੇ ਅੱਜ ਉਹਨਾਂ ਦੇ ਹੀ ਕਾਂਗਰਸ ਦੇ ਸੀਐਮ ਨੂੰ ਭੰਡ ਰਹੇ ਨੇ ਤਾਂ ਇਸ ਨੂੰ ਲੈ ਕੇ ਗੁਰਪ੍ਰਤਾਪ ਪਟਿਆਲਾ ਜੋ ਕਿ ਸਮਾਜ ਸੇਵੀ ਨਾਮ ਤੋਂ ਵੀ ਜਾਣਿਆ ਜਾਂਦਾ ਅਤੇ ਨਾਲ ਦੀ ਨਾਲ ਉਹਨਾਂ ਦਾ ਪਰਿਵਾਰ ਦਾ ਪਿਛੋਕੜ ਦੱਸਣ ਦੀ ਲੋੜ ਨਹੀਂ ਕਿਉਂਕਿ ਉਹਨਾਂ ਦੇ ਮਾਮਾ ਜੀ ਰਾਜਵੀਰ ਸਿੰਘ ਪਟਿਆਲਾ ਜਿਹੜੇ ਕਾਂਗਰਸ ਦੇ ਵਿੱਚ ਇੱਕ ਵੱਡੇ ਥੰਮ ਸੀ ਉਸ ਤੋਂ ਬਾਅਦ ਅਕਾਲੀ ਦਲ ਦੇ ਵਿੱਚ ਜਾਂਦੇ ਨੇ ਮੁੜ ਤੋਂ ਜਿਹੜੇ ਗੁਰਪ੍ਰਤਾਪ ਪਟਿਆਲਾ ਕਾਂਗਰਸ ਦੇ ਵਿੱਚ ਸ਼ਾਮਲ ਨੇ ਅਤੇ ਗੁਰਪ੍ਰਤਾਪ ਸਾਡੇ ਨਾਲ ਨੇ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਬਾਈ ਜੀ ਸਭ ਤੋਂ ਪਹਿਲਾ ਸਵਾਲ ਹੈ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਵੱਲੋਂ ਕਾਨਫਰੰਸਾਂ ਕੀਤੀਆਂ ਗਈਆਂ ਜਦੋਂ ਟਿਕਟ ਕੱਟੀ ਹੈ ਸੀਐਮ ਚੰਨੀ ਸਿੰਘ ਚੰਨੀ ਦੇ ਉੱਤੇ ਵੱਡੇ ਵੱਡੇ ਦੋਸ਼ ਲਗਾ ਰਹੇ ਨੇ ਕਹਿੰਦਾ ਕਿ ਉਹਨਾਂ ਕਾਰਨ ਟਿਕਟ ਕੱਟੀ ਗਈ ਹੈ ਅਤੇ ਨਾਲ ਦੀ ਨਾਲ ਨਵੇਂ ਉਤਾਰੇ ਉਮੀਦਵਾਰ ਵਿਜੇ ਸ਼ਰਮਾ ਟਿੰਕੂ ਦੇ ਖਿਲਾਫ ਉਹਨਾਂ ਵੱਲੋਂ ਕਿਹਾ ਕਿ ਸ਼ਰਾਬ ਦਾ ਮਾਫੀਆ ਹੈ ਤਾਂ ਇਸ ਨੂੰ ਲੈ ਕੇ ਤੁਹਾਡੇ ਕੀ ਵਿਚਾਰ ਦੇਖੋ ਮੈਂ ਟਿੰਕੂ ਜੀ ਨੂੰ ਨਹੀਂ ਜਾਣਦਾ ਕਿਉਂਕਿ ਉਹ ਖਰੜ ਤੋਂ ਨਹੀਂ ਹੈਗੇ ਮੈਨੂੰ ਲੱਗਦਾ ਮਰਿੰਡੇ ਦੇ ਰਹਿਣ ਵਾਲੇ ਨੇ ਮੈਂ ਇਸ ਗੱਲ ਬਾਰੇ ਨਹੀਂ ਮੈਨੂੰ ਜ਼ਿਆਦਾ ਨੌਲੇਜ ਸ਼ਰਾਬ ਦਾ ਕੰਮ ਸੁਣਿਆ ਉਹਨਾਂ ਦਾ ਪਰ ਇਹ ਇਹਦੇ ਨਾਲ ਇਹ ਨਹੀਂ ਹੋ ਜਾਂਦਾ ਵੀ ਉਹ ਇੱਕ ਨੰਬਰ 'ਚ ਹੈ ਜਾਂ ਦੋ ਨੰਬਰ 'ਚ ਜਾਂ ਕੀ ਹੈ ਗੋਡ ਨੋਜ਼ ਪਰ ਮੇਰਾ ਜਿਹੜਾ ਕੰਸਰਨ ਹੈ ਉਹ ਇਹ ਹੈ ਵੀ ਤੁਸੀਂ ਆਪਦੇ ਪਾਰਟੀ ਦੇ ਐਡੇ ਸੀਨੀਅਰ ਜਿਸ ਬੰਦੇ ਨੂੰ ਸੀਐਮ ਸ਼ਿਪ ਨਾਲ ਨਵਾਜਿਆ ਹੋਵੇ ਪਾਰਟੀ ਨੇ ਇੱਕ ਡੈਕੋਰਮ ਹੁੰਦਾ ਇੱਕ ਡਿਸਿਪਲਿਨ ਹੁੰਦਾ ਤੇਜੀ ਜੀ ਵੀ ਜਿਹੜਾ ਬੰਦੇ ਨੂੰ ਹਮੇਸ਼ਾ ਮੇਨਟੇਨ ਕਰਨਾ ਚਾਹੀਦਾ ਹਾਂਜੀ ਜੋ ਕੰਗ ਸਾਹਿਬ ਜੇ
चन्नी जी किसी गलत गल च इनवॉल्व सी जां कुछ भी हुण जो जो भी ए बी सी कहिंदे ने कि उह पहलां सुत्ते पए सी कि इह रोस ते सारियां गल्लां उदों ही याद आया भी जदों आपदी टिकट कट्टी गई ते जे टिकट कट भी दित्ती तां तुहानूं 47 साल हो गए पावर दा आनंद माणदिआं नूं किसे होर बंदे नूं भी मौका मिलना चाहीदा। मैं तां कहिंदा किसे यंग बंदे नूं गा हुण देखो कहिंदिआं नूं भी शर्म नहीं मनदे कंग साहब कहिंदे जी मैं तां राहुल गांधी जी सोच ते आपदे मुंडे नूं तैयार करता भी वाह बल्लिआ शेरा आपदे मुंडे नूं ही कीता किसे गां बगाने दे मुंडे नूं करके दिखा फिर असीं मन्नीए भी आ मुंडे दे सिर ते तूं हत्थ रखिआ जी इह मेरा रिश्तेदार नहीं मेरा खून दा रिश्ता नहीं मैं उहनां दी सोच ते पहरा दिंदा बई आपदा पुत्तर मोह तां किसे ने भी नहीं त्यागिआ सारे ही चाहुंदे ने भी साडा पुत्त होवे उदों अगे अगे दी अगे होवे पर असीं कहिंदे आ भी जे पार्टी ने किसे भी कारणा करके मैं तुहानूं इह भी कहना नहीं सी चाहुंदा पर मैं तुहानूं क्लीयर दस दिंदा भी कंग साहब तुसी शुकर करो परमात्मा दा भी थोड़ी इज्जत ढकन ढोल रह गया नहीं थोड़ी तीजी वार हैट्रिक होनी सी हार दी ते आपां किसे नूं मूंह दिखाउण जोगे नहीं सी रहना जे तीन वार बंदा हार जावे पर जिन्ने तुसी कॉन्फिडेंस ते दावे नाल बनी यादविंदर कंग नूं कह रहे हो हुण इह ना करियो क्योंकि एक अद्धा दिन एक दो दिन ही रह गए पेपर भरन दे भी लास्ट च आके कह दो मेरे ते जी प्रैशर पै गया मैनूं हाईकमांड ने मना लिया ਕਿਸੇ ਨੇ ਨਹੀਂ ਤੁਹਾਨੂੰ ਮਨਾਉਣਾ ਕਿਸੇ ਨੇ ਨਹੀਂ ਇਹ ਕਲਚਰ ਹੀ ਹੈ ਨਹੀਂ ਪਰ ਜਗਮੋਹਨ ਸਿੰਘ ਕੰਗ ਵੱਲੋਂ ਕਿਹਾ ਜਾਂਦਾ ਕਹਿੰਦਾ ਕਿ ਵੱਡਾ ਵੋਟ ਬੈਂਕ ਹੈ ਉਹਨਾਂ ਦਾ ਅਤੇ ਨਾਲ ਸਮਰਥਕ ਜੁੜੇ ਹੋਏ ਨੇ ਪੰਚ ਸਰਪੰਚ ਉਹਨਾਂ ਦੇ ਨਾਲ ਨੇ ਕਹਿੰਦਾ ਕਿ ਅਸੀਂ ਵਿਜੇ ਸ਼ਰਮਾ ਟਿੰਕੂ ਨੂੰ ਇੱਕ ਕਰਾਰੀ ਹਾਰ ਦੇਵਾਂਗੇ ਤੁਹਾਨੂੰ ਲੱਗਦਾ ਲੋਕਲ ਲੋਕ ਜੁੜੇ ਹੋਏ ਨੇ ਨਾਲ ਦੇਖੋ ਟਿੰਕੂ ਜੀ ਦਾ ਕੀ ਹੋਣਾ ਕੀ ਨਹੀਂ ਉਹ ਮੈਂ ਨਹੀਂ ਕੁਛ ਕਹਿ ਸਕਦਾ ਕਿਉਂਕਿ ਲੋਕ ਹਰ ਬੰਦਾ ਚਾਹੁੰਦਾ ਜਿਹੜਾ ਸਾਡੇ ਨਾਲ ਵਿਜੇ ਸ਼ਰਮਾ ਟਿੰਕੂ ਸਪੋਰਟ ਕਰੇ ਬੇਨਤੀ ਸੁਣੋ ਜਿਹੜਾ ਬੰਦਾ ਸਾਡੇ ਨਾਲ ਜੁੜਿਆ ਹੋਵੇ ਵਿਚਰ ਰਿਹਾ ਹੋਵੇ ਇਹ ਗੱਲ 'ਚ ਬਿਲਕੁਲ ਸੱਚ ਹੈ ਚਾਹੇ ਕੋਈ ਗੁੱਸਾ ਹੀ ਕਰੇ ਇਸ ਗੱਲ ਦਾ ਵੀ ਟਿੰਕੂ ਜੀ ਦੀ ਸ਼ਕਲ ਦੇ ਨਾਲ ਵੀ ਲੋਕ ਭੇਤੀ ਨਹੀਂ ਹੈਗੇ ਕਿਉਂਕਿ ਹੀ ਇਜ਼ ਨਿਊ ਟੂ ਉਹ ਨਵੇਂ ਨੇ ਉਹ ਨਹੀਂ ਲੋਕਾਂ ਨੇ ਦੇਖਿਆ ਉਹਨਾਂ ਨੂੰ ਇਹਦੇ 'ਚ ਕੋਈ ਹੈ ਹੀ ਨਹੀਂ ਤੇ ਦੂਜੇ ਪਾਸੇ ਮਤਲਬ ਟੱਕਰ ਵੀ ਪੂਰੀ ਚੱਲ ਰਹੀ ਆ ਪੰਜਾਬ 'ਚ ਥੋੜਾ ਜਿਹਾ ਜੇ ਆਪਾਂ ਕਹੀਏ ਦੋ ਪਾਰਟੀਆਂ ਹੀ ਜ਼ੋਰ ਤੇ ਨੇ ਕਾਂਗਰਸ ਜਾਂ ਮੈਂ ਜੇ ਦੇਖਦਾ ਤਾਂ ਉਹਦਾ ਮੁਕਾਬਲਾ ਜੇ ਅਕਾਲੀ ਦਲ ਤਾਂ ਮੁਕਾਬਲੇ ਤੋਂ ਹੀ ਬਾਹਰ ਹੈ ਹਨਾ ਤਾਂ ਉਹ ਦੋ ਪਾਰਟੀਆਂ ਦੇ ਵਿੱਚ ਜੋ ਲੋਕਾਂ ਨੇ ਡਿਸਾਈਡ ਕਰਨਾ ਪਿਆਰ ਦੇਣਾ ਪਰ ਮੈਂ ਉਹਦੇ ਲਈ ਵੀ ਲੋਕਾਂ ਨੂੰ ਅੱਜ ਇੱਕ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਨੀ ਚਾਹੂੰਗਾ ਵੀ ਤੁਹਾਡੇ ਸਿਰ ਤੇ ਆ ਕੇ ਟੋਪੀ ਵਾਲਿਆਂ ਨੇ ਬਹਿ ਜਾਣਾ ਹੈ ਤੇ ਤੁਸੀਂ ਪਛਤਾਉਣਾ ਹੈ ਇਸ ਗੱਲ ਨੂੰ ਜਿੰਨਾ ਜੋ ਤੁਹਾਡਾ ਦੇਖੋ ਜਿਹੜਾ ਬੰਦਾ ਮੈਂ ਅਰਵਿੰਦ ਕੇਜਰੀਵਾਲ ਦੇ ਬੈਚਮੇਟ ਮੈਨੂੰ ਜਾਣਦੇ ਨੇ ਮੈਂ ਨਾਮ ਨਹੀਂ ਲਊਂਗਾ ਦੋ ਬੰਦੇ ਨੇ ਤੇ ਉਹ ਬੰਦਾ ਕਿਸੇ ਤੇ ਭਰੋਸਾ ਹੀ ਨਹੀਂ ਕਰਦਾ ਉਹਦੀ ਸਭ ਤੋਂ ਵੱਡਾ ਉਹਨੂੰ ਇਹ ਚਾਹੀਦਾ ਵੀ ਸਾਰਾ ਕੁਛ ਮੇਰੇ ਹੱਥ 'ਚ ਹੀ ਰਹੇ ਅੱਜ ਦੇਖੋ ਅੰਨਾ ਹਜ਼ਾਰੇ ਨੇ ਇਹ ਸ਼ੁਰੂ ਕੀਤਾ ਅਤੇ ਉਹ ਕਿੱਥੇ ਨੇ ਕਿਸੇ ਨੂੰ ਪਤਾ ਹੀ ਨਹੀਂ ਅਤੇ ਆਪਦਾ ਪੋਲੀਟੀਕਲ ਵੈਂਡੇਟਾ ਕਰਕੇ ਫਾਇਦਾ ਕਿਹਨੇ ਲਿਆ ਕੇਜਰੀਵਾਲ ਨੇ ਅਤੇ ਜੇ ਭਗਵੰਤ ਮਾਨ ਨਾਲ ਬੈਠੇ ਨੂੰ ਉਹਨੂੰ ਕਹੀ ਜਾਂਦੇ ਸੀ ਕੋਈ ਚੰਗਾ ਕੈਂਡੀਡੇਟ ਲਿਆ ਕੇ ਦੇਵਾਂਗੇ ਫਿਰ ਤਾਂ ਲਿਆ ਕੇ ਦੇਵਾਂਗੇ ਕਿਉਂ ਫਿਰ ਕਹਿੰਦੇ ਵੀ ਸਾਡੇ ਕੋਲ ਹੈਗਾ ਅਸੀਂ ਅਨਾਊਂਸ ਕਰਾਂਗੇ ਉਹ ਉਹਦੇ ਵਿੱਚ ਵੀ ਉਹਨਾਂ ਦਾ ਬੱਸ ਨਹੀਂ ਚੱਲਿਆ ਹੀ ਉਹ ਕਦੇ ਨਹੀਂ ਸੀ ਭਗਵੰਤ ਮਾਨ ਨੂੰ ਅਨਾਊਂਸ ਕਰਨਾ ਚਾਹੁੰਦੇ ਇਹ ਇਹਨਾਂ ਨੇ ਮਜਬੂਰੀ ਵੱਸ ਕੀਤਾ ਅਤੇ ਅੱਗੇ ਵੀ ਜੇ ਕੋਈ ਇਹਨਾਂ ਦਾ ਕੋਈ ਕੁਛ ਹੁੰਦਾ ਤਾਂ ਤੁਸੀਂ ਦੇਖ ਲਿਓ ਇਹਨਾਂ ਨੇ ਲਿਆ ਕੇ ਹਰ ਹਲਕੇ ਦੇ ਵਿੱਚ ਹਰ ਸਿਸਟਮ 'ਤੇ ਆਪਦੇ ਬੰਦੇ ਦਿੱਲੀਓਂ ਬਿਠਾ ਦੇਣੇ ਨੇ ਅਤੇ ਸਾਡੇ ਪੰਜਾਬੀਆਂ ਨੂੰ ਗੁਲਾਮ ਕਰਕੇ ਮਾਨਸਿਕਤਾ ਇਹਨਾਂ ਦੀ ਇਹ ਹੈ ਵੀ ਥੱਲੇ ਕੰਮ ਲੈਣ ਦੀ ਇਹਨਾਂ ਦੀ ਜੋ ਸੋਚ ਹੈ ਅਤੇ ਮੇਰੇ ਬਹੁਤ ਇਹੋ ਜਿਹੇ ਮੇਰੇ ਬੈਚਮੇਟ ਕਲਾਸਮੇਟ ਜੋ ਲੁਧਿਆਣੇ ਤੋਂ ਇੱਕ ਤੁਹਾਡਾ ਐੱਮ ਐੱਲ ਏ ਜੱਗਾ ਜਿਹਨੂੰ ਐਤਕੀ ਜਗਰਾਓਂ ਤੋਂ ਟਿਕਟ ਮਿਲੀ ਹੈ ਜੱਗਾ ਹਿੱਸੋਵਾਲ ਜੀ ਅਹਿਬਾਬ ਗਰੇਵਾਲ ਮੇਰਾ ਸੀਨੀਅਰ ਸੀਗਾ ਬੱਚੂ ਕਹਿੰਦੇ ਸੀ ਲੁਧਿਆਣੇ ਤੋਂ ਉਹ ਵੀ ਲੜਿਆ ਕੁਲਵੰਤ ਸਿੱਧੂ ਤਾਂ ਮੈਂ ਕਾਫੀ ਪਾਰਟੀ ਦੇ ਅੰਦਰ ਤੱਕ ਆਏ ਨੋ ਵੀ ਇਸ ਪਾਰਟੀ 'ਚ ਕੀ ਹੈ ਅਤੇ ਕੀ ਨਹੀਂ ਹੈ ਲੋਕੋ ਸਿਆਣੇ ਹੋ ਜਾਓ ਬਚ ਜਾਓ ਜੋ ਐਵੇਂ ਦੂਰ ਦੇ ਢੋਲ ਸਾਵਣੇ ਲੱਗਦੇ ਹੁੰਦੇ ਨੇ ਆਪਦਿਆਂ ਤੋਂ ਚੰਗਾ ਬਗਾਨਾ ਕਦੇ ਹੋ ਨਹੀਂ ਸਕਦਾ ਅਤੇ ਸਾਬਕਾ ਕੈਬਨਿਟ ਮੰਤਰੀ ਜਗਮੋਹਨ ਸਿੰਘ ਕੰਗ ਇਹ ਕਹਿੰਦੇ ਨੇ ਕਹਿੰਦਾ 47 ਸਾਲ ਕਾਂਗਰਸ ਦੇ ਵਿੱਚ ਰਿਹਾ 30 ਸਾਲ ਲੋਕਾਂ ਦੀ ਸੇਵਾ ਕੀਤੀ ਹੈ ਕਹਿੰਦਾ ਕਿ ਕਈ ਵਾਰ ਜਿੱਤਿਆ ਵੀ ਹਾਂ ਕਈ ਵਾਰੀ ਹਾਰਿਆ ਵੀ ਹਾਂ ਸਿੱਖ ਚਿਹਰੇ ਦੇ ਨਾਲ ਕਹਿੰਦਾ ਕਿ ਇੱਥੋਂ ਸੀਟ ਜਿੱਤਦੇ ਰਹੇ ਹਾਂ ਕੀ ਲੋੜ ਪੈ ਗਈ ਸੀ ਹਿੰਦੂ ਚਿਹਰੇ ਸਿੱਖ ਚਿਹਰਾ ਤਾਂ ਇਜ਼ ਫਾਈਨ ਮੈਂ ਤਾਂ ਆਪ ਕਹਿੰਦਾ ਸਾਡੇ ਮੇਰੇ ਨਾਨਾ ਜੀ ਦੋ ਵਾਰ ਜਿੱਤੇ ਨੇ ਜਦਕਿ ਅਕਾਲੀ ਦਲ ਦਾ ਕੋਈ ਬੰਦਾ ਅੱਜ ਤੱਕ ਖਰੜ ਤੋਂ ਜਿੱਤ ਹੀ ਨਹੀਂ ਸਕਿਆ ਅਤੇ ਨਾਨੀ ਜੀ ਜਿੱਤੇ ਨੇ ਅੱਜ ਵੀ ਪੰਜਾਬ 'ਚ ਸਭ ਤੋਂ ਵੱਡਾ ਮਾਰਜਨ ਹੈ ਲੀਡ ਹੈ ਜਿਹਦੇ ਨਾਲ ਜਿੱਤੇ ਨੇ
जिदे ना असी खड़ गए रवनीत बिट्टू ना खड़ गए वह जताता 53,000 से जे उदों बाद चंदू माजरा जी ना दी सपोर्ट की वह जताते 33,000 से पर मुल किसी ने इन्होंने कुछ नहीं पाया अकाली दल की मैं गल कर रहा चंदू माजरा साहब उन्हों की वह मामा जी की आपकी एक अंदरों थॉट प्रोसैस से कोई मजबूरियां से कोई केस करके भी मेरे बंदे नाल दे खज्जल होन तां उन्हां नूं कॉम्प्रोमाइज़ तुहानूं लगता कि जगमोहन सिंह कंग जिस तरीके नाल कह रहे ने कहिंदा कि इन्नी देर सेवा करके इन्नी देर पार्टी च घर बनाया कहिंदा कि लोकां दा हलका खड़ मेरा घर है उस तों बाद मैनूं कहिंदा दुद्ध विच्चों जिवें मक्की कढ़दे आ कहिंदा इवें कढ के पार्टियां रखता कहिंदा ल्याण के टिकटां बेचण दे वी उन्हां दोष लगाए ने कहिंदा लोक कह रहे ने हुण सुणो जी जे टिकट बेचण वाली गल है फिर तां शायद कंग साहब नालों वध बोली मैं ही दे दिंदा परमात्मा की कृपा है सारा कुछ ठीक है जे बिकती होंगी टिकट पैसे ना मिलती होंगी मेरे तो लवा लो बोली फिर तो मैं ले लैंदा पर इदा नहीं टिकटा मिलदियां ये एवं दूषणबाजी करन दा सारा गम है जे कंग साहब का एडा ही होल सी पार्टी कदे कोई भी पार्टी आपकी जित्ती जताई सीट नहीं हारती होंगी जे कुछ डर हो शंका हो ताई है तो 47 साल तुम ये सीट बै रजिस्ट्री थोड़ो करा ली भी थोड़े परिवार की होगी या थोड़ी होगी स्वाद ता सी जे कंग साहब चुपचाप आपदा पार्टी दे विच बह के कि कई बार जे इन्ने अहुदे मिलने किसी होर अहुदे नाल अगे सरकार आउंदी कोई चेयरमैनशिप मिल जाती कुछ मिल जाता पार्टी ने उन्हां नूं सिर्फ टिकट नहीं दिती पार्टी ने कोई उन्हां नूं कांग्रेस चो बाहर का राह तो नहीं दिखाता जिनी उन्होंने तकलीफ मनी तुसीं देखो तड़फे किन्ने होए ने छाल किवें मनदे ने मारदे ने पल्ला किवें अड़दे ने पल्ला अड्डण वाला तो हले थोड़ी नौबत ही नहीं आई पल्ला तुसी अड्डदे उदों चंगे लगदे हो हल तां तुसी अज जस्ट पावर तो बाहर होए हो तुसी पिछले 5 साल भी पावर दा आनंद माणे आ तुसी हलका इंचार्ज सी सारे अफसर तुहाडी सुणदे सी तुहाडी चलदी सी पावर तां पल्ला तां साडे अरगे नूं अड्डना चाहीदा जिहनूं 20 साल अज पावर तो बाहर बैठिआं नूं हो गए असी पल्ला अड्डीए उह वी लोकां दी कचहरी च जाके वी जे सानूं कदे कोई मौका मिलदा मेरे हिसाब नाल इह सिर्फ कंग साहब स्टंट करदे ने छोटे सोच है छोटे माड़े स्टंट ने कुछ नहीं बनना कंग साहब गुरप्रताप दे मुताबिक क्या लगदा कि विजय शर्मा टिंकू दे चेहरे नूं वोट पवेगी जां कांग्रेस दे हत्थ पंजे नूं लैके देखो चेहरा तो जी उहदा कंसीडर करदे हुंदे आपां जिहड़ा कोई बंदा बड़ी देर तो विचर रहा होवे बड़ा चैरिटी कर रहा होवे इहदा हार दा कारण बन सकदा ये मैं हूँ मैं कोई थोड़े मुताबिक मैं जिस तरह विचरे नहीं है देखो की पता देख एक सैटबैक तो देखो ये प्रैक्टिकली जे गल किया जाए एक बंदे ने दूजे मोरिंडे तो आके मान लो उरे कदे रोपड़ अज तक मैं तो पता लगे अपलाई भी रोपड़ करते होंगे सी फर्स्ट टाइम उन्होंने किया तो उन्होंने मिल गई चलो परमात्मा की मर्जी है ਗੁਰਪ੍ਰਤਾਪ ਸਾਥ ਦੇਗਾ ਵੀ ਸ਼ਰਮਾ ਟਿੰਕੂ ਪਰ ਮੇਰੀ ਬੇਨਤੀ ਸੁਣੋ ਪਰ ਇਸ ਗੱਲ ਦਾ ਬਿਲਕੁਲ ਫਰਕ ਪੈਂਦਾ ਵੀ 20 ਦਿਨ ਔਰ ਪਾਰਟੀ ਚੋਣਾਂ ਦੇ ਵਿੱਚ ਟਾਈਮ ਇੰਨਾ ਘੱਟ ਰਹਿ ਗਿਆ ਕੋਈ 3 ਮਹੀਨੇ ਹੁੰਦੇ ਤਾਂ ਬੰਦਾ ਕੋਈ ਰੁੱਸਿਆਂ ਨੂੰ ਮਨਾ ਲੈਂਦਾ ਕੋਈ ਲੌਬੀ ਤੋੜ ਲੈਂਦਾ ਕੋਈ ਕੁਛ ਕਰ ਲੈਂਦਾ ਟਾਈਮ ਬਹੁਤ ਘੱਟ ਹੈ ਅਤੇ ਗੁਰਪ੍ਰਤਾਪ ਦਾ ਹੋਰ ਕੁਛ ਨਹੀਂ ਨਾ ਉਹਦਾ ਕੋਈ ਕੋਈ ਐਡੀ ਗੱਲ ਹੈ ਬਸ ਮੈਂ ਤਾਂ ਜਿਹੜੇ ਮੇਰੇ ਪੁਰਾਣੇ ਇਹ ਪਿੰਡ ਉਹਨਾਂ ਦੀ ਡਿਊਟੀ ਲੱਗੀ ਹੈ ਮੈਂ ਤਾਂ CM ਸਾਹਿਬ ਦੇ ਹਲਕੇ 'ਚ ਜਾ ਕੇ ਆਪਦੀਆਂ ਸੇਵਾ ਵਿਜੇ ਸ਼ਰਮਾ ਟਿੰਕੂ ਦਾ ਕਿਉਂ ਸਾਥ ਦਿੰਦਾ ਗੁਰਪ੍ਰਤਾਪ ਕੀ ਗੱਲ ਜਿਤਾਉਣਾ ਨਹੀਂ ਚਾਹੁੰਦੇ ਨਹੀਂ 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 ਮੈਂ ਇੱਦਾਂ ਦੀ ਕੋਈ ਰੌਲਾ ਹੀ ਨਹੀਂ ਕੋਈ ਚੱਕਰ ਹੀ ਨਹੀਂ ਮੈਂ ਤਾਂ ਇਹ ਚਾਹੁੰਦਾ ਵੀ ਜਿਹੜਾ ਇਹਨਾਂ ਨੇ ਸਾਨੂੰ ਮੈਂ ਹੁਣ ਚੈਲੰਜ ਦਾ ਜਵਾਬ ਦੇ ਰਿਹਾ ਤੇਜੀ ਜੀ ਮੇਰਾ ਹੁਣ ਦੇਖੋ ਗੱਲ ਚੈਲੰਜ 'ਚ ਆ ਕੇ ਫਸ ਗਈ ਅਤੇ ਜੇ ਮੈਂ ਇੱਥੇ ਦਾ ਕੁਛ ਕਰਨ ਕਰਾਉਣ ਦੇ ਚੱਕਰ 'ਚ ਮੈਂ ਉੱਥੇ ਅੱਜ ਚੈਲੰਜ ਮਤਲਬ ਇਹਨਾਂ ਨੂੰ ਕਹਿਤਾ ਵੀ ਇਹ ਕਹਿੰਦੇ ਅਸੀਂ 21 ਦੀ 31 ਮੋੜਾਂਗੇ ਮੈਂ ਤਾਂ ਕਹਿੰਦਾ 31 ਦੇ 51 ਤੁਹਾਨੂੰ ਪਹਿਲਾਂ ਹੀ ਪੈ ਗਏ ਤੁਹਾਡੀ ਟਿਕਟ ਕੱਟੀ ਗਈ ਅਤੇ ਦੂਜੀ ਵਾਰ ਅਸੀਂ ਫੇਰ ਪਾ ਦੇਵਾਂਗੇ ਜਦੋਂ ਤੁਹਾਡਾ ਚਮਕੌਰ ਸਾਹਿਬ ਜ਼ੋਰ ਨਾ ਚੱਲਿਆ ਅਤੇ ਜਦੋਂ ਆਪਾਂ ਐਡੀ ਵੱਡੀ ਗੱਲ ਕਿਸੇ ਨੂੰ ਕਹਿ ਰਹੇ ਹਾਂ ਫਿਰ ਮੈਨੂੰ ਉਹ ਨਿਭਾਉਣਾ ਵੀ ਮੇਰੇ ਲਈ ਜ਼ਰੂਰੀ ਹੈ ਨਾ ਮੈਨੂੰ ਉੱਥੇ ਵੀ ਮਿਹਨਤ ਦਿਨ ਪਰ ਰਾਤ ਇੱਕ ਕਰਨੀ ਪਊਗੀ ਇਸ ਕਰਕੇ ਮੈਂ ਤਾਂ ਇੱਕੋ ਥਾਂ ਪ੍ਰੈਜੈਂਟ ਹੋ ਸਕਦਾ ਮੈਂ ਆਪਦੀਆਂ ਸੇਵਾਵਾਂ ਅੱਛਾ ਗੁਰਪ੍ਰਤਾਪ ਨੇ ਅਕਾਲੀ ਦਲ ਛੱਡਤੀ ਹੈ ਗੁਰਪ੍ਰਤਾਪ ਨੇ ਕਾਂਗਰਸ ਜੁਆਇਨ ਕਰ ਲਈ ਬਿਲਕੁਲ ਬਿਲਕੁਲ ਛੱਡਤੀ ਜੀ ਅਕਾਲੀ ਦਲ ਦੇਖੋ ਮੈਂ 2-3 ਸਾਲ ਘਰੇ ਬੈਠਾ ਰਿਹਾ ਮੈਂ ਕਦੇ ਕੋਈ ਮਾੜਾ ਨਹੀਂ ਚੰਗਾ ਮਾੜਾ ਚੰਗਾ ਤਾਂ ਮੈਂ ਅੱਜ ਤੱਕ ਵੀ ਨਹੀਂ ਕਦੇ ਕਿਹਾ ਵੀ ਉਹ ਪਾਰਟੀ ਜਾਂ ਇਹ ਚੱਲਦਾ ਜਾਂ ਇਹ ਚੱਲਦਾ ਜਾਂ ਚਲੋ ਪਰ ਗੱਲ ਹੈ ਜਦੋਂ ਹੁਣ ਇੱਕ ਬੰਦਾ ਤੁਸੀਂ ਹੋ ਤੇ ਜੀ ਜੀ ਮੰਨ ਲਓ ਤੁਹਾਡਾ ਪਰਿਵਾਰ ਹੀ ਤੁਹਾਨੂੰ ਪੁੱਛੇ ਹੀ ਨਾ ਕਿੰਨੀ ਦੇਰ ਤੁਸੀਂ ਬੈਠੇ ਰਹੋਗੇ ਤੁਸੀਂ ਅੱਜ ਤੱਕ ਵੀ ਮੇਰੇ ਤੋਂ ਪੁੱਛ ਲਓ ਤੁਸੀਂ ਆਪਣੀ ਮੈਨੂੰ ਯਾਦ ਹੈ ਲਾਸਟ ਪ੍ਰੈਸ ਕਾਨਫਰੰਸ ਉਰੇ ਹੋਈ ਸੀ ਕੋਈ ਸਵਾਲ ਆਇਆ ਸੀ ਉਹ 'ਚ ਵੀ ਇਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਮੈਂ ਤੁਹਾਨੂੰ ਕੀ ਕਿਹਾ ਸੀ ਛੱਡੋ ਯਾਰ ਉਹਨਾਂ ਬਾਰੇ ਕੀ ਗੱਲ ਕਰਨੀ ਮਤਲਬ ਗੱਲ ਕਰਨ ਦੀ ਕੋਈ ਗੱਲ ਹੀ ਨਹੀਂ ਪਰ ਮੈਂ ਇਹੀ ਗੱਲ ਮੈਂ ਇਹ ਗੱਲ ਕਹਿਣਾ ਵੀ ਜੇ ਤੁਹਾਨੂੰ ਇੰਨੇ ਸਾਲ ਸਾਨੂੰ ਤਾਂ ਉਹਨਾਂ ਨੇ ਮੌਕਾ ਹੀ ਨਹੀਂ ਦਿੱਤਾ ਸਾਨੂੰ ਤਾਂ ਜਦੋਂ ਦੇ ਟੌੜਾ ਸਾਹਿਬ ਗਏ ਅਸੀਂ ਅਨਾਥ ਹੋ ਗਏ ਟੌੜਾ ਸਾਹਿਬ ਗਏ ਕਿਉਂਕਿ ਸਾਡੇ ਤੋਂ ਅਸੀਂ ਕਮਾਊ ਪੁੱਤ ਨਹੀਂ ਬਣੇ ਠੀਕ ਹੈ ਤਾਂ ਜਦੋਂ ਤੋਂ ਅਸੀਂ ਅਨਾਥ ਹੋ ਗਏ ਅਸੀਂ ਇੰਨੇ ਸਾਲ ਇਹਨਾਂ ਨੇ ਮਹਾਰਾਜ ਦੀ ਹਜ਼ੂਰੀ 'ਚ ਵੱਡੇ ਬਾਦਲ ਸਾਹਿਬ ਨੇ ਕਿਹਾ ਮੇਰੇ ਯਾਦ ਹੈ ਉਰੇ ਵੀ ਪੋਲਿਊਸ਼ਨ ਬੋਰਡ ਦੀ ਚੇਅਰਮੈਨ ਨੀ ਰਾਜਵੀਰ ਤੈਨੂੰ ਦੇਵਾਂਗੇ ਅਤੇ ਵੀ ਤੁਸੀਂ ਕੰਗ ਕਵਲ ਕੈਪਟਨ ਕਵਲਜੀਤ ਦੇ ਮੁੰਡੇ ਨੂੰ ਬਨੀ ਨੂੰ
इलेक्शन च मदद करो ठीक है जी। देखो परमात्मा ता प्रतख दसन लगे थोनू अज इस कॉलेज दे विच उरे इकट्ठ होया सी गुरु ग्रंथ साहब की हजूरी च गल हुई ते कैप्टन कवल जी इस दुनिया ते नहीं रहे झूठियां सौहां खादियां लोकां दे विच खादियां बनी दा अज कोई नामो निशान ही नहीं कौन है बनी किथे गया बनी किसे नू पता ही नहीं कैप्टन कवल जी दा मुंडा किसे नू मैं तां कदे सुनिया नहीं जो परमात्मा दे आ बेअदबियां दा दौर हो गया अज अकाली दल जे सब तो पिछली पछड़ी हुई पार्टी बन के रह गई तो उहदा कारण आही कुछ है बई जी उहदे घर च देर है पर अंधेर नहीं हैगा जिहड़ी उत्थे खड़ के जिन्हें वादे किए सरकार भी बनी उदो बनी तो उही पोल्यूशन बोर्ड की चेयरमैनी इन्हां ने सब तो पहला दित्ती बादल परिवार ने पर सानू नहीं दित्ती किसी दूए नू दित्ती तुसी देखो भी किन्ना मन दे अंदर यही रोस लगता कि टिकट नहीं मिली जां फिर ओदे नहीं मिले तार के रोस लगता कर गल तो हिंट दस्या नहीं 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 मेरा कोई रोस नहीं मैं उना दे रोस दी गल कर रहे हैं भी जेडी जेडी चेयरमैन ने प्रोमिस कीती सी सरकार बनन तो बाद उही दित्ती वादे तो मुक रहे पर दित्ती किसी होर नू फिर जे सानू नहीं देनी सी तां पहली चेयरमैन नी ओ देण दा की लोड़ सी बाद च दे दिंदे किसे नू दे दिंदे वैसे तो जो जबान ते जो गल कर ली उस गल ते पूरे रहना चाहिए पर मैं तुहानू कहना भी कोई गल नहीं अहुदे उहदिआं नाल कुछ नहीं हुंदा बई जी जे लीडर दे पिट्ठ घुमाए ते लोक गालां ही कढ़ी जाण वी इह करप्ट आ इह खा गया इह जो साडे अजकल बहुतात लीडरां नू सुणन नू मिलदीआं ने इह गल्लां तां उस गल दा मैनू नहीं लगता भी सियासत च इहदा कोई फायदा है जे आउणा है तां इह कमाई कर लो भी लोक जिवें मैं अज तक पिंडां जांदा साडे कॉलेज असीं उरे 100-125 कुड़ी पढ़ा रहे हैं 40 साल तो कॉलेज चल रहा शहीद भगत सिंह की सिस्टर साडे पहले ट्रस्ट मैंबर सी सानू इस गल दा बड़ा सुकून है जदों पिंडां च लोक जांदे ने ते अज भी कहिंदे ने भी तुहाडे नाना जी सरदार बचित्तर सिंह बड़े चंगे बंदे सी बड़े ऑनेस्ट बंदे सी तां अज तक सानू कोई इस गल दा डर नहीं भी सानू कोई कह दूगा इह साला करप्ट है ठीक है ਇਹ ਬਹੁਤ ਵੱਡੀ ਕਮਾਈ ਗੁਰੂ ਪ੍ਰਤਾਪ ਨੇ ਆਪਣੇ ਆਪ ਨੂੰ ਬੇਦਾਗ ਰੱਖਿਆ ਪਰ ਜਨਤਾ ਤੋਂ ਦੂਰ ਕਿਉਂ ਰਹਿੰਦੇ ਆ ਕਹਿੰਦਾ ਕਿ 5 ਸਾਲ ਨਹੀਂ ਦਿਖਾਈ ਦਿੰਦੇ ਤੁਹਾਡੇ ਮਾਮਾ ਜੀ ਬਹੁਤ ਵਿਚਰਦੇ ਸੀ ਲੋਕਾਂ ਦੇ ਵਿੱਚ ਇੱਕ ਆਧਾਰ ਸੀ ਲੋਕ ਜਦੋਂ ਤੁਸੀਂ ਵੀ ਜਾਂਦੇ ਹੋ ਅਸੀਂ ਵੀ ਦੇਖਿਆ ਕਿਤੇ ਟੂਰਨਾਮੈਂਟ ਜਾਂਦੇ ਤੁਹਾਡਾ ਇਵੇਂ ਸਵਾਗਤ ਹੁੰਦਾ ਜਿਵੇਂ ਰਾਜੇ ਦੀ ਤਰ੍ਹਾਂ ਹੋਵੇ ਪਰ ਉਹ ਮਾਮਾ ਜੀ ਦੀ ਬਦੌਲਤ ਦੱਸਿਆ ਜਾਂਦਾ ਕਹਿੰਦੇ ਗੁਰੂ ਪ੍ਰਤਾਪ ਉਸ ਤਰੀਕੇ ਨਾਲ ਨਹੀਂ ਵਿਚਰਦੇ ਕਾਰਨ ਕੀ ਹੈ ਇੱਦਾਂ ਕੁਛ ਨਹੀਂ ਹੈਗਾ ਤੁਸੀਂ ਦੇਖਿਆ ਹੋਣਾ ਵੀ ਪਿਛਲੇ ਜਦੋਂ ਤੋਂ ਕੋਵਿਡ ਦੀਆਂ ਪਾਬੰਦੀਆਂ ਹਟੀਆਂ ਨੇ ਮੈਂ ਰੈਗੂਲਰ ਸਾਰਿਆਂ ਪਾਸੇ ਜਾ ਰਿਹਾ ਉਦੋਂ ਪਹਿਲਾਂ ਮੇਰੀ ਮਜਬੂਰੀ ਬਣ ਗਈ ਮਜਬੂਰੀ ਕੀ ਹੋਈ ਵੀ ਮੈਂ ਕੋਈ ਹੁਣ ਬਹੁਤ ਤਕੜਾ ਵੀ ਲੈਂਡਲੋਰਡ ਨਹੀਂ ਵੀ ਮੇਰੇ ਕੋਲ ਕੋਈ ਪਤਾ ਹੀ ਨਹੀਂ ਵੀ ਜਿੱਥੇ ਮਰਜ਼ੀ ਚੈੱਕ ਕੱਟ ਕੇ ਦੇ ਦਾਂ ਕਿਉਂਕਿ ਅਚਾਨਕ ਮਾਮਾ ਜੀ ਦੀ ਡੈਥ ਹੋਈ ਮੇਰੀ ਡਿਊਟੀ ਲੱਗੀ ਮੈਂ ਹਲਕੇ ਦੇ ਲੋਕਾਂ ਨਾਲ ਵਾਅਦਾ ਕਰ ਲਿਆ ਵੀ ਮੈਂ ਹਾਜ਼ਰ ਰਹੂੰਗਾ ਤੁਹਾਡੇ ਨਾਲ ਪੂਰਾ ਖੜੂੰਗਾ ਉਸੇ ਨੂੰ ਨਿਭਾਉਣ ਦੇ ਤਹਿਤ ਮੈਂ ਆਪਦਾ ਜਗਰਾਓਂ ਵਾਲਾ ਫਾਰਮ ਜਗ੍ਹਾ ਵੇਚੀ ਉੱਥੋਂ ਸਾਰੇ ਸਟੱਡ ਫਾਰਮ ਮੈਂ ਉਰੇ ਸ਼ਿਫਟ ਕੀਤਾ ਉਰੇ ਜਗ੍ਹਾ ਲੈਂਦਿਆਂ ਨੂੰ ਵੀ 4-6 ਮਹੀਨੇ ਸਾਲ ਸਾਨੂੰ ਲੱਗ ਗਿਆ ਜਗ੍ਹਾ ਲਈ ਫਿਰ ਫਾਰਮ ਬਣਾਇਆ ਫਿਰ ਐਨੀਮਲ ਸ਼ਿਫਟ ਕੀਤੇ ਸ਼ਿਫਟ ਕਰਕੇ ਜਦੋਂ ਸਾਡਾ ਇਹ ਹੋਇਆ ਵੀ ਹੁਣ ਅਸੀਂ ਵੀ ਇੱਕ ਆਫਿਸ ਅਤੇ ਘਰ ਬਣਾ ਕੇ ਅਤੇ ਆਉਣਾ ਜਾਣਾ ਸ਼ੁਰੂ ਕਰੀਏ ਉਦੋਂ ਨੂੰ ਮੇਰੇ ਬ੍ਰਦਰ ਦੀ ਡੈਥ ਹੋ ਜਾਂਦੀ ਹੈ ਉਦੋਂ ਬਾਅਦ 'ਚ ਕੋਵਿਡ ਆ ਜਾਂਦਾ ਮਤਲਬ ਉਹ ਸਾਡੀ ਸਮਾਂ ਹੀ ਮਜਬੂਰੀ ਇੱਦਾਂ ਬਣਦੀ ਗਈ ਬਟ ਅਦਰਵਾਈਜ਼ ਮੈਂ ਤੁਹਾਨੂੰ ਦੱਸ ਰਿਹਾ ਵੀ ਮੈਂ ਜਿਵੇਂ ਮੇਰੀ ਮੋਹਾਲੀ ਰੈਜ਼ੀਡੈਂਸ ਹੈ ਮੈਂ ਵਿਦ ਇਨ ਨੈਕਸਟ 2 ਮਹੀਨਿਆਂ ਦੇ ਵਿੱਚ ਮੇਰੀ ਰੈਜ਼ੀਡੈਂਸ ਉਰੇ ਤਿਆਰ ਹੋ ਚੁੱਕਿਆ ਆਫਿਸ ਬਣ ਗਿਆ ਸਾਰਾ ਕੁਛ ਹੋ ਗਿਆ ਮੈਂ ਤਾਂ ਰਿਹਾਇਸ਼ ਹੀ ਮੈਂ ਤਾਂ ਰਹਿਣ ਵਾਲਾ ਹੀ ਫਾਰਮ ਹਾਊਸ 'ਤੇ ਹਾਂ ਗੁਰਪ੍ਰਤਾਪ ਆਪਣੇ ਮਾਮਾ ਜੀ ਸੁਪਨਾ ਪੂਰਾ ਕਰੇਗਾ ਬਿਲਕੁਲ ਜੋ ਲੋਕਾਂ ਦੀ ਸੇਵਾ ਵਾਸਤੇ ਉਹਨਾਂ ਨੇ ਬੀੜਾ ਚੁੱਕਿਆ ਸੀ ਕਈ ਲੋਕਾਂ ਦੇ ਵਿੱਚ ਕਰ ਰਹੇ ਹਾਂ ਆ ਸਾਰਾ ਕਾਲਜ 'ਤੇ ਦੇਖੋ ਸਾਰਾ ਰੈਨੋਵੇਸ਼ਨ ਕੀਤੀ ਹੈ ਸਾਰਾ ਕੁਛ ਸਾਰੇ ਬਾਥਰੂਮ ਸਭ ਸਟਾਫ ਅਪਗ੍ਰੇਡੇਸ਼ਨ ਮੈਂ ਤਾਂ ਕਰ ਰਹੇ ਹਾਂ ਕਰੇਗਾ ਨਹੀਂ ਕਰ ਰਿਹਾ ਆਲਰੇਡੀ ਰਾਜਨੀਤੀ 'ਚ ਕਿਹੜੇ ਅਹੁਦੇ 'ਤੇ ਪਹੁੰਚਣਾ ਚਾਹੁੰਦੇ ਹੋ ਦੇਖੋ ਉਹ ਜਿੱਥੇ ਜੋ ਮੱਥੇ ਦੀਆਂ ਲਕੀਰਾਂ ਨੇ ਲੈ ਜਾਂਦੀਆਂ ਨੇ ਤੇਜ਼ੀ ਜੀ ਜਦੋਂ ਦੇਣਾ ਹੁੰਦਾ ਨਾ ਪਰਮਾਤਮਾ ਨੇ ਸਾਡੇ ਸੀਐਮ ਸਾਹਿਬ ਬਹੁਤ ਵਧੀਆ ਇਸ ਗੱਲ ਦੀ ਐਗਜ਼ਾਮਪਲ ਸੀਐਮ ਸਾਹਿਬ ਨੇ ਦਿੱਤਾ ਕੋਈ ਵਾਅਦਾ ਕੀਤਾ ਨਹੀਂ ਨਹੀਂ ਮੈਂ ਕੋਈ ਕਿਹਾ ਹੀ ਨਹੀਂ ਮੈਂ ਅੱਛਾ ਤਾਂ ਪ੍ਰਚਾਰ ਕਰਨ ਜਾ ਰਹੇ ਹੋ ਚਮਕੌਰ ਸਾਹਿਬ ਤੁਸੀਂ ਕਹਿੰਦੇ ਮਰੰਡਾ ਕਹਿ ਰਹੇ ਕਿ ਮਰੰਡਾ ਮੈਂ ਕੰਪੇਨ ਕਰਾਂਗਾ ਹਲਕਾ ਖਰੜ ਲਈ ਬਿਲਕੁਲ ਪਰ ਲੱਗਦਾ ਕਿ ਕੋਈ ਵਾਅਦਾ ਕੀਤਾ ਸੀਐਮ ਸਾਹਿਬ ਨਹੀਂ ਕੀਤਾ ਕਿ ਅਹੁਦਾ ਦਿੰਦਾ ਮੈਂ ਤੁਹਾਨੂੰ ਦੱਸਾਂ ਇਸ ਗੱਲ ਨੂੰ ਵੀ ਮੈਂ ਸਿੰਘ ਸ਼ਹੀਦਾਂ ਨੂੰ ਮੰਨਦਾ ਹਾਜ਼ਰ ਨਾਜ਼ਰ ਮੰਨ ਕੇ ਮੈਂ ਤੁਹਾਨੂੰ ਕਹਿੰਦਾ ਮੈਂ ਉਹਨਾਂ ਤੋਂ ਕੋਈ ਵਾਅਦਾ ਕਮਿਟਮੈਂਟ ਨਹੀਂ ਲਿਆ ਹਾਂ ਇੱਕ ਗੱਲ ਕੀਤੀ ਹੈ ਵੀ ਪਿਆਰ ਚਾਹੀਦਾ ਭਰਾ ਬਣਾ ਕੇ ਰੱਖਿਓ ਇੱਜ਼ਤ ਅਤੇ ਪਿਆਰ ਦੇ ਭੁੱਖੇ ਜਾਨ ਦੇ ਦਾਂਗੇ ਉਹ ਕੋਈ ਗੱਲ ਨਹੀਂ ਗੁਰਪ੍ਰਤਾਪ ਨੇ ਪਿਛਲੇ ਦਿਨ ਜਦੋਂ ਸੀਐਮ ਚੰਦ ਸਿੰਘ ਚੰਨੀ ਇੱਥੇ ਪਹੁੰਚਦੇ ਨੇ ਗੁਰਪ੍ਰਤਾਪ ਨੇ ਜੁਆਇਨਿੰਗ ਕੀਤੀ ਹੈ ਜਾਂ ਫਿਰ ਸਰੋਪਾ ਪਵਾਇਆ ਗੱਲਾਂ ਇਹ ਲੋਕਾਂ ਦੇ ਵਿੱਚ ਗੱਲਾਂ ਨੇ ਕਹਿੰਦਾ ਕਿ ਜੁਆਇਨਿੰਗ ਨਹੀਂ ਕੀਤੀ ਸਰੋਪਾ ਪਵਾਇਆ ਤੁਸੀਂ ਮੈਂਬਰਸ਼ਿਪ ਲਈ ਹੈ ਜਦੋਂ ਸਰੋਪਾ ਪੈ ਜਾਂਦਾ ਤਾਂ ਫਿਰ ਜੁਆਇਨਿੰਗ 'ਚ ਮਤਲਬ ਨਹੀਂ ਕਾਂਗਰਸ ਦਾ ਸਰੋਪਾ ਸੀ
ਜਾਂ ਫਿਰ ਆਮ ਜਦੋਂ ਸੀਐਮ ਬੰਦਾ ਨਹੀਂ ਸਰੋਪੇ ਦੋ ਤਰ੍ਹਾਂ ਦੇ ਹੁੰਦੇ ਜਦੋਂ ਸੀਐਮ ਸਾਹਿਬ ਮੰਨ ਲਓ ਵੀ ਸਰੋਪਾ ਪਾ ਰਹੇ ਨੇ ਕਿਸੇ ਦੇ ਤਾਂ ਉਹ ਮੈਂਬਰ ਹੀ ਹੁੰਦਾ ਦੂਜਾ ਮੈਂ ਤੁਹਾਨੂੰ ਹੋਰ ਦੱਸ ਦਿੰਦਾ ਕਈ ਵਾਰ ਇਹ ਗੱਲ ਰਹਿ ਜਾਂਦੀ ਹੈ ਔਨ ਰਿਕਾਰਡ ਆਪਾਂ ਕਰ ਲੈਂਦੇ ਹਾਂ ਉਹ ਤਾਂ ਆ ਕੇ ਚਲੇ ਗਏ ਠੀਕ ਹੈ ਉਦੋਂ ਚਲੋ ਉਸ ਗੱਲ ਨੂੰ ਮੰਨ ਲਓ ਵੀ ਜੁਆਇਨਿੰਗ ਹੋਈ ਜਾਂ ਨਹੀਂ ਹੋਈ ਕਿਉਂਕਿ ਲੋਕਾਂ ਦੇ ਸਵਾਲ ਹੋਣੇ ਆ ਕਿ ਗੁਰਪ੍ਰਤਾਪ ਪਟਿਆਲਾ ਅਜੇ ਅਕਾਲੀ ਦਲ 'ਚ ਨੇ ਕਾਂਗਰਸ ਨਹੀਂ ਗਏ ਪਰ ਸੀਐਮ ਚਰਨ ਸਿੰਘ ਚੰਨੀ ਦੀ ਬਹੁਤ ਸੋਚ ਰੱਖਦੇ ਨੇ ਤਾਂ ਆ ਕੇ ਬੋਲਣਾ ਮਾੜਾ ਜਿਹਾ ਇੱਕ ਮੈਸੇਜ ਪੜ੍ਹ ਦਿਓ ਜੀ ਤੁਸੀਂ ਪੜ੍ਹ ਦਿਓ ਆਪਦੇ ਸਰੋਤਿਆਂ ਲਈ ਕਾਂਗਰਸ ਪਾਰਟੀ ਮੈਂਬਰਸ਼ਿਪ ਗੁਰਪ੍ਰਤਾਪ ਦੀ ਮੈਂ ਪੜ੍ਹ ਕੇ ਸੁਣਾ ਦਿੰਦਾ ਜੀ ਡੀਅਰ ਗੁਰਪ੍ਰਤਾਪ ਸਿੰਘ ਜੀ ਥੈਂਕ ਯੂ ਫਾਰ ਇਨਰੋਲਿੰਗ ਇਨ ਕਾਂਗਰਸ ਪਾਰਟੀ ਮੈਂਬਰਸ਼ਿਪ ਪ੍ਰੋਗਰਾਮ ਯੋਰ ਡਿਟੇਲਸ ਵਿਲ ਬੀ ਵੈਰੀਫਾਈਡ ਯੂ ਵਿਲ ਗੈਟ ਅ ਮੈਸੇਜ ਵਾਂਸ ਅਪਰੂਵਡ ਆਲ ਇੰਡੀਆ ਕਾਂਗਰਸ ਕਮੇਟੀ ਨਿਊ ਦਿੱਲੀ ਠੀਕ ਹੈ ਜੀ ਇਹ ਇਹਨਾਂ ਦੇ ਪਹਿਲਾਂ ਮੈਸੇਜ ਆ ਗਿਆ ਉਦੋਂ ਬਾਅਦ 'ਚ ਇਹਨਾਂ ਦਾ ਮੈਸੇਜ ਆ ਗਿਆ ਵੀ ਤੁਸੀਂ ਸਾਡੇ ਅੱਜ ਤੋਂ ਮੈਂਬਰ ਬਣ ਗਏ ਤਾਂ ਉਹ ਮਤਲਬ ਰਸਮੀ ਅਤੇ ਦੋਨੋਂ ਤਰ੍ਹਾਂ 'ਤੇ ਆਪਾਂ ਉਹ ਜੁਆਇਨ ਅੱਛਾ ਗੁਰਪ੍ਰਤਾਪ ਨੇ ਜਦੋਂ ਟਿਕਟ ਮੰਗੀ ਹੈ ਕਾਂਗਰਸ ਤੋਂ ਮੰਗੀ ਹੈ ਬਿਲਕੁਲ ਮੰਗੀ ਹੈ ਜਿਹੜੀ ਨਾਰਾਜ਼ਗੀ ਲੱਗਦੀ ਹੋਵੇ ਨਾਰਾਜ਼ਗੀ ਲੱਗਦੀ ਨਹੀਂ ਮਿਲੇ ਨਾਰਾਜ਼ਗੀ ਐਤਕੀ ਜਿਵੇਂ ਤੁਸੀਂ ਕਿਹਾ ਨਾ ਵੀ ਮੈਂ ਐਡਮਿਟ ਕਰਦਾ ਮੈਂ ਵਿੱਚ ਦੀ ਕੋਵਿਡ ਵੇਲੇ ਮਤਲਬ ਨਹੀਂ ਆ ਹੋਇਆ ਜਾਂ ਉਦੋਂ ਪਹਿਲਾਂ ਬ੍ਰਦਰ ਦੀ ਡੈਥ ਕਰਕੇ ਨਹੀਂ ਆ ਹੋਇਆ ਫਿਰ ਆਪਾਂ ਜਦੋਂ ਲੋਕਾਂ 'ਚ ਉਸ ਹੱਦ ਤੱਕ ਵਿਚਦੇ ਹੀ ਨਹੀਂ ਫਿਰ ਅਸੀਂ ਐਵੇਂ ਉਹ ਕਰੀ ਜਾਈਏ ਵੀ ਹਾਂ ਸਾਡੀ ਜੇ ਵਰਕ ਕੀਤਾ ਹੁੰਦਾ ਫਿਰ ਦੁੱਖ ਵੀ ਹੁੰਦਾ ਫਿਰ ਵੈਸੇ ਟਿਕਟ ਮਿਲ ਹੀ ਜਾਣੀ ਸੀ ਫਿਰ ਕੋਈ ਗੱਲ ਨਹੀਂ ਗੁਰਪ੍ਰਤਾਪ ਜਗਮੋਹਨ ਸਿੰਘ ਕੰਗ ਦੇ 28 ਸਾਲਾਂ ਦੇ ਕੰਮਾਂ ਤੋਂ ਲੱਗਦਾ ਖੁਸ਼ ਹੋ ਜਾਂ ਕਮੀ ਲੱਗਦੀ ਐਮ ਐਲ ਏ ਬਤੌਰ ਕੈਬਨਿਟ ਮੰਤਰੀ ਰਹੇ ਨੇ ਉਹ ਸਬ ਕੈਬਨਿਟ ਮੰਤਰੀ ਹੁਣ ਬਣ ਗਏ ਨੇ ਉਹਨਾਂ ਦੇ ਬਤੌਰ ਉਹਨਾਂ ਨੇ ਲੱਗਦਾ ਕਿ ਉਸ ਮੁਤਾਬਕ ਕੰਮ ਕੀਤੇ ਨੇ ਜੋ ਹੋਣੇ ਚਾਹੀਦੇ ਸੀ ਹਲਕੇ ਦੇ ਵਿੱਚ ਬਾਈ ਜੀ ਮੈਂ ਤਾਂ ਜੇ ਕਿਤੇ ਛਿੰਝ ਨੂੰ ਖਿਜਰਾਬਾਦ ਨੂੰ ਚਲੇ ਜਾਵਾਂ ਤੁਸੀਂ ਚਲੇ ਜਾਇਓ ਦੇਖ ਲਿਓ ਔਨ ਰਿਕਾਰਡ ਗੱਲਾਂ ਨੇ ਕਿਸੇ ਹੋਰ ਪਿੰਡਾਂ 'ਚ ਚਲੇ ਜਾਓ ਨਾ ਤਾਂ ਕੋਈ ਸੜਕ ਬਣੀ ਸਭ ਤੋਂ ਨੇੜੇ ਸੀ ਐਮ ਉਦੋਂ ਕੈਪਟਨ ਸਾਹਿਬ ਸੀ ਸਿਸਵਾਂ 'ਚ ਉਹਨਾਂ ਦਾ ਇਸੇ ਹਲਕੇ 'ਚ ਉਹਨਾਂ ਦਾ ਘਰ ਸੀ ਜਿੰਨਾ ਮਰਜ਼ੀ ਪੈਸਾ ਲੈ ਲੈਂਦੇ ਉਦੋਂ ਬਾਅਦ ਚੰਨੀ ਨੇ ਤੁਹਾਨੂੰ ਪਤਾ ਕਿੰਨਾ ਪੈਸਾ ਸੀ ਐਮ ਸਾਹਿਬ ਨੇ ਖਰੜ ਨੂੰ ਦਿੱਤਾ ਅੱਜ ਸਰੋਵਰ ਦੀਆਂ ਗ੍ਰਾਂਟਾਂ 4.5 ਮਤਲਬ ਸੋਚ ਹੀ ਨਹੀਂ ਸਕਦੇ ਆਪਾਂ ਇੰਨਾ ਪੈਸਾ ਠੀਕ ਹੈ ਅਤੇ ਫਿਰ ਕੰਗ ਸਾਹਿਬ ਨਹੀਂ ਸੀ ਲਿਆ ਸਕਦੇ ਕੋਈ ਵੱਡੀ ਗੱਲ ਹੀ ਨਹੀਂ ਹੁੰਦੀ ਨਾਲੇ ਜੇ ਆਪਦੇ ਹਲਕੇ ਦੇ ਲੋਕਾਂ ਦੇ ਲਈ ਕੁਛ ਭਲਾ ਕਰਨਾ ਫਿਰ ਤਾਂ ਉੱਥੇ ਦਿਨ ਰਾਤ ਤਪੱਸਿਆ ਵਾਂਗੂ ਬਹਿਣਾ ਵੀ ਪੈਂਦਾ ਕਈ ਵਾਰ ਬਾਹਰ ਜਾ ਕੇ ਚੰਗੇ ਚੰਗੇ ਮੈਂ MLA ਆਪਦੇ ਹਲਕੇ ਲਈ ਕੰਮ ਕਰਾਉਣ ਲਈ ਮੈਂ CM ਹਾਊਸ ਦੇਖਦਾ ਵੀ ਕਿਉਂਕਿ CM ਇੱਕ ਹੈ ਆਉਣਾ ਸਾਰੇ ਪੰਜਾਬ ਨੇ ਟਾਈਮ ਵੀ ਲੱਗ ਜਾਂਦਾ ਪਰ ਟਾਈਮ ਲਾ ਕੇ ਸਾਨੂੰ ਆਪਦੇ ਲੋਕਾਂ ਦਾ ਭਲਾ ਕਰਨਾ ਪਊਗਾ ਪਰ ਕੰਗ ਸਾਹਿਬ ਨੂੰ ਉਹ ਵਿਜ਼ਨ ਨਹੀਂ ਸੀ ਇਹਨਾਂ ਨੂੰ ਤਾਂ ਇਹ ਸੀ ਤੇਜੀ ਜੀ ਵੀ ਸਾਡੇ ਮੁਕਾਬਲੇ ਕੋਈ ਹੈ ਹੀ ਨਹੀਂ ਕੈਂਡੀਡੇਟ ਕਾਂਗਰਸ 'ਚ ਮੇਰੀ ਟਿਕਟ ਨਹੀਂ ਕੱਟੀ ਜਾ ਸਕਦੀ ਪਰ ਜੋ ਤੁਸੀਂ ਲੋਕਾਂ ਨਾਲ ਸਲੂਕ ਰੱਖੋਗੇ ਜੋ ਬੀਜੋਗੇ ਉਹ ਨਿਕਲਣਾ ਉਹ ਫੁੱਟਣਾ ਉਹ ਕਹਿੰਦੇ ਦੁਸ਼ਮਣੀ ਕੱਢੀ ਹੈ CM ਚੰਨੀ ਸਿੰਘ ਚੰਨੀ ਨੇ ਦੁਸ਼ਮਣੀ ਕੱਢੀ ਕਹਿੰਦੇ ਉਹਨਾਂ ਦੇ ਭਰਾ ਨੇ ਅਕਾਲੀ ਦਲ ਦੀ ਨਗਰ ਕੌਂਸਲ ਕਮੇਟੀ ਦੇ ਵਿੱਚ ਵੋਟ ਭੁਗਤੀ ਸੀ ਉਦੋਂ ਮੈਂ ਵਿਰੋਧ ਕੀਤਾ ਸੀ ਉਸਦਾ ਕਹਿੰਦਾ ਨਤੀਜਾ ਮੇਰੀ ਟਿਕਟ ਕੱਟਣ ਦੇ ਕਰਕੇ ਉਹਨਾਂ ਨੇ ਕਹਿੰਦਾ ਕਿ ਉਹ ਮੇਰੀ ਦੁਸ਼ਮਣੀ ਕੱਢੀ ਹੈ CM ਚੰਨੀ ਸਿੰਘ ਚੰਨੀ ਨੇ ਤੁਹਾਨੂੰ ਲੱਗਦਾ ਕਿ ਇੱਦਾਂ ਕੀਤਾ ਹੋਏਗਾ ਬਾਈ ਜੀ ਇੱਕ ਗੱਲ ਸੁਣੋ ਜਦੋਂ ਬੰਦਾ CM ਬਣ ਜਾਂਦਾ ਨਾ ਉਹ ਇੰਨੀ ਛੋਟੀ ਆਹ ਗੱਲਾਂ ਨੂੰ ਸੋਚਦਾ ਹੀ ਨਹੀਂ ਮੇਰੇ ਹਿਸਾਬ ਨਾਲ ਜੇ ਮੈਂ ਆਪਦੇ 'ਤੇ ਲਾ ਕੇ ਚੱਲਾਂ ਕੱਲ੍ਹ ਨੂੰ ਕਿਸੇ ਵੇਲੇ ਮੈਨੂੰ ਇਹੋ ਜਿਹਾ ਕੋਈ ਮੌਕਾ ਮਿਲੇ ਤਾਂ ਮੈਂ ਕੀ ਕਰਾਉਣਾ ਕੌਣ ਮੈਨੂੰ ਤਾਂ ਆਪਦੀ ਪਾਰਟੀ ਮਜ਼ਬੂਤ ਕਰਨੀ ਹੈ ਹਾਂ ਉੱਥੇ ਜ਼ਰੂਰ ਹੈ ਕਿਉਂਕਿ ਸਰਕਾਰ ਤਾਂ ਬਣੂ ਜੇ 60 ਸੀਟਾਂ ਆਉਣਗੀਆਂ ਅਤੇ ਉੱਥੇ ਇੱਕ ਇੱਕ ਸੀਟ ਕਾਊਂਟ ਹੋਣੀ ਹੈ ਠੀਕ ਹੈ ਕਈ ਵਾਰ ਕਈ ਸੀਟਾਂ ਆਪਾਂ ਨੂੰ ਇਹ ਵੀ ਪਤਾ ਹੁੰਦਾ ਵੀ ਇਹ ਜਿੱਤਣੀਆਂ ਜਾਂ ਹਾਰਨੀਆਂ ਵੀ ਹਾਰ ਹੀ ਜਾਣਾ ਪਰ ਉੱਥੇ ਬੰਦਾ ਇਸਟੈਬਲਿਸ਼ ਕਰਨ ਨੂੰ ਵੀ ਕੋਈ ਆਏ ਨਹੀਂ ਹੁੰਦਾ ਵੀ ਇੱਕੋ ਸਦਮ ਹੋ ਜਾਂਦਾ ਕੋਈ 5 ਸਾਲ ਲੱਗ ਜਾਂਦੇ ਕੋਈ 10 ਸਾਲ ਲੱਗ ਜਾਂਦੇ ਪਰ ਹੁਣ ਕੰਗ ਸਾਹਿਬ ਤਾਂ ਇਸਟੈਬਲਿਸ਼ਡ ਲੀਡਰ ਸੀਗੇ ਪੁਰਾਣੇ ਮੰਤਰੀ MLA ਸਭ ਕੁਛ ਬਣੇ ਬਣਾਏ ਬਿਲਕੁਲ ਤਾਂ ਇਹ ਹਾਰੇ ਤਾਂ ਇਹਨਾਂ ਨੂੰ ਆਪਸ ਅੰਦਰ ਝਾਤ ਮਾਰਨੀ ਚਾਹੀਦੀ ਹੈ ਵੀ ਕਮੀ ਕਿੱਥੇ ਹੈ ਕੁਰਾਲੀ ਸ਼ਹਿਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਕੰਗ ਸਾਹਿਬ ਦਾ ਹਮੇਸ਼ਾ ਸਾਥ ਦਿੰਦਾ ਰਿਹਾ ਕਾਂਗਰਸ ਮਾਈਂਡਡ ਮੈਂ ਕਹਿੰਦਾ ਸਾਡਾ ਹਲਕਾ ਜਿਹੜਾ ਇਹ ਕਾਂਗਰਸ ਮਾਈਂਡਡ ਲੋਕ ਜ਼ਿਆਦਾ ਨੇ ਇੱਥੇ ਬਿਲਕੁਲ ਠੀਕ ਹੈ ਇਹ ਪਲੱਸ ਇਹੀ ਪਲੱਸ ਪੁਆਇੰਟ ਸੀ ਵੀ ਕੰਗ ਸਾਹਿਬ ਅੱਜ ਤੱਕ ਜਿੱਤਦੇ ਆਏ ਕੰਗ ਸਾਹਿਬ ਪਿਛਲੀ ਵਾਰ 17 ਦੀ ਕੰਪੇਨ 'ਚ ਮੈਨੂੰ ਯਾਦ ਹੈ ਕਹਿੰਦੇ ਹੁੰਦੇ ਸੀ ਮੇਰੇ ਬਾਰੇ ਇਹ ਕੱਲ੍ਹ ਦਾ ਨਿਆਣਾ ਇਹ ਕੀ ਕਰੂਗਾ ਅਤੇ ਉਸੇ ਨਿਆਣੇ ਨੇ ਇਹ 14,000 ਦੀ ਲੀਡ 'ਤੇ ਆ ਰਹੇ ਸੀ ਅਤੇ 17,000 ਵੋਟ ਇੱਕ ਪਾਸੇ ਪਈ ਅਤੇ 1800 'ਤੇ ਹਾਰ ਗਏ ਉਸੇ ਨਿਆਣੇ ਨੇ ਤੁਹਾਨੂੰ ਨਹੀਂ ਤੁਸੀਂ ਮਿਨਿਸਟਰ ਹੁੰਦੇ ਨਹੀਂ ਤੁਸੀਂ ਉਦੋਂ MLA ਬਣਦੇ ਮਿਨਿਸਟਰ ਹੁੰਦੇ ਅਤੇ ਅੱਜ ਮਿਨਿਸਟਰ ਸਿਟਿੰਗ ਹੁੰਦੇ ਅਤੇ ਤੁਹਾਡੀ ਸੀਟ ਨਾ ਕੱਟਦੀ ਕਾਂਗਰਸ ਸਾਹਿਬ ਨੇ ਕਾਨਫਰੰਸ 'ਚ ਇਹ ਗੱਲ ਕਹੀ ਹੈ ਤੁਸੀਂ ਕਹਿ ਰਹੇ ਕਾਂਗਰਸੀ ਬਹੁਤ ਨੇ ਇਸ ਚੀਜ਼ ਦਾ ਫਾਇਦਾ ਚੁੱਕਿਆ ਪਰ ਉਹਨਾਂ ਨੇ ਮਾਝੇ ਦੀ ਕਾਨਫਰੰਸ ਕੀਤੀ ਉਹਦੇ ਵਿੱਚ ਇਹ ਗੱਲ ਕਹੀ ਹੈ ਕਹਿੰਦਾ ਕਿ ਕਾਂਗਰਸ ਕਰਕੇ ਹਲਕਾ ਖੜਦੀ ਕੰਗ ਕਰਕੇ ਹਲਕਾ ਖੜਦਾ ਇਹ ਗੱਲ ਕਹੀ ਹੈ ਮੈਂ ਤਾਂ ਇਸੇ ਲਈ ਕਹਿ ਰਿਹਾ ਵੀ ਇਹ ਭੁਲੇਖਾ ਜਾਂ ਤਾਂ ਸਾਡਾ ਨਿਕਲ ਜੂ ਜਾਂ ਕੰਗ ਸਾਹਿਬ ਦਾ ਨਿਕਲ ਜੂ ਵੀ ਬਣੀ ਨੂੰ ਆਜ਼ਾਦ ਕਢਾਉਣ ਨੂੰ ਫਿਰਦੇ ਨੇ ਇਹੀ ਗੱਲ ਕਹਿੰਦਾ ਵੀ ਭੱਜਿਓ ਨਾ ਇਸ ਗੱਲ ਤੋਂ ਵੀ ਬਾਅਦ ਚ ਮੁੱਕਰਿਓ ਨਾ ਵੀ ਮੇਰੇ ਤੇ ਪ੍ਰੈਸ਼ਰ ਪੈ ਗਿਆ ਮੈਨੂੰ ਮਨਾ ਲਿਆ
लड़े हो जरूर जे थोड़ी कोई जबान का मुल है ना कंग साहब जे थोड़े पल्ले कुछ हैगा तो बनी नू लड़ायो जरूर मैं फिर प्रेस कह रहे कि चमकौर साहब कंपेन करनी है सिमरनजीत सिंह टन्नी की वो कहते चमकौर साहब जाके मैं कॉन्फ्रेंस करके खुलासे करांगा सिमरनजीत सिंह टन्नी के मीटू वाला केस होर उन्होंने खुलासे किए रेते मीटू से आज आप एक करके गल कर लें मीटू से आज कोई कितने कंप्लेट हैगी रजिस्टर्ड बई जी जदों कोई बंदा तरक्की कर रहा हुंदा ना साडे लोग जरदे नहीं चाहे वह पॉलिटिक्स होवे चाहे वह बिजनेस च होवे चाहे वह किसी खेत्र च होवे उहदियां लत्तां खिच्चण लग जांदे पर मनीषा गुलाटी ने भी कहा सी की कहा सी जदों उन्होंने सिमरनजीत सिंह टन्नी के खिलाफ उन्होंने मंगी सी कार्रवाई कैप्टन अमरिंदर सिंह तो कैप्टन अमरिंदर सिंह का ही बयान आ गया वो कहिंदे कि मीटू वाले केस च मेरे पैर पकड़े सी सीएम चंद्र सिंह टन्नी ने कि मैनू बचा लो कहिंदे उस टाइम दे विच वड्डी गलती छड्ड क्यों दित्ता कि वड्डी गलती कीती फिर कर ली ना हां फिर गलती कर ली क्यों करदे हो गलतियां उल्लू सिद्ध ठीक है ओ गल है भी इन्हां दा उल्लू सिद्ध रहे ता सारा कुछ ठीक है नहीं ता असीं चिकड़ भी पावांगे असीं बदनाम भी करांगे असीं सब कुछ करांगे गल्लां इह ने बई जी आपां सारे लोग समझदे इस गल नूं कोई जदों मैं थोनू हुण की दसा हुण कैप्टन दे नाल किहड़े सीएम साहब दी चन्नी साहब जिहड़े हुण सीएम ने इन्हां दी कोई टर्म्स बहुत वधिया रहियां ने ते आफ्टर ऑल कैप्टन नूं उदों दिख रिहा सी ना वी इह बंदा ग्रो कर रिहा ते दूषणबाजी होई क्यों ते जे उह एक्चुअली आईएएस कोई छोटी गल नहीं हुंदी जे उह ऑफिसर नाल कुछ इदां दा होया हुंदा डेफिनेटली आईएएस लॉबी दा मिंट च स्टैंड लै जांदी है सरकारां सुरकूरा नहीं खड़दियां जिथे आईपीएस आईएएस लॉबी दी गल आ जावे ठीक है सिर्फ यह सीगा ही इस गल नूं भी यह बंदा उत्ते नूं जा रहा इहनूं किवें रोकिया जाए अज अस्तीफा दिता बन्नी ने वह कहिंदा कि मैं आजाद तौर पर चोण लड़ना दूजे पासे अज कैबिनेट मंत्री साहब कैबिनेट मंत्री जगमोहन सिंह कांग्रेस के बीच ही ने किवें देखते हो कि आने वाले दिनों के गुरप्रताप अस्तीफे की मांग करेगा उन्होंने मैं तो अज कहना ये क्यों तुम ड्रामा टू फेस वैल्यू क्यों करते हो तुम एक पासे कहने मैं खैर मंगा दा मैं झोली अड्डांगा मैं बनी कहंदा मेरा कांग्रेस हाईकमान का विरोध नहीं मेरा चन्नी का विरोध है सीएम चन्नी का विरोध है जां फिर कहंदा कि विजय शर्मा फिर एक काम होर करो फिर मैं फिर तुसी जाके चन्नी के खिलाफ इलेक्शन लड़ लो जे थोनू थोड़ा उन्होंने विरोध है असी मुंडे नू इलेक्शन लड़ाउणी खरड़ विरोध मेरा चमकौर च है मेरा बूटा कहंदा उत्थे लग्गिया मरंडे कहंदा उत्थे मैं लोकां तों खैर मंगणी फिर थोतों किरत घण बंदा ही कोई नहीं भी जिहड़ा जिथे थोड़ा बूटा लग्गिया तुसी उह छड्ड के आ गए ठीक है मतलब ये कहने तो मतलब की है ये सिर्फ बई जी पोलीटिकल स्टंट है इन्हों का कख इन्ह के पल्ले नहीं है मैं तो एक बार मैं तो परमात्मा के चरणों भी बेनती करना भी बनी कंग खड़े जरूर कितनी वोटा पैणगियां जितन गए तुम जित की गल करते हो जो 5000 वोट पै जाए तो वही गल पक्की मिनट मिनट है थोड़े कैमरे से कह रहे हैं लाइव रिकॉर्ड है वो तो कहते सब तो वही जीत साड़ी मैं कहना मैं 50,000 रुपया फंड भी देकर आऊँगा होर दसो खड़ो सही तुम अच्छा कांग्रेस की पोजिशन लगती है अज के मौके पर कांग्रेस स्ट्रोंग है ठीक है सारे उन्होंने आपसी कलेस बहुत मार रहा है बी जी सब पार्टियां चो तीन तीन सीएम बनने फिर कोई गल नहीं फिर जे बंदे दे अंदरों तरक्की की चाहना ही मुक गई फिर बंदा की रह गया जे बंदे ने इंसान ने मेरे डैड हमेशा कहते भी थोनों जे ग्रो करना तुम सारा थोड़े अंदरों चाहत ही खत्म होगी ये तो होनी चाहिए है चंगी गल है तुम देखो इदा की पार्टी मैनु होर दस दौ लै सुखबीर बादल डिप्टी सीएम चलो हल तक तो डिप्टी सीएम ही रहा वह किसी अकाली दल च आवाज कोई चक सकता भी मैं सीएम बनना कोई आम आदमी च कह सकता अकाली दल शुरू अकाली दल प्रकाश सिंह बादल तो शुरू हुई है अच्छा तो फिर पहला जो तारा सिंह होनी जिन्होंने मेन जिन्होंने पंजाब की तरक्की अकाली दल ने की है त्रास दी है जो अकाली दल हुंदा सी वाकई सी मैं इस गलों डिनाई नहीं करता पर अज एक बिजनेस पार्टी बन के रह गई है इन्होंने आप MBA मेख्या कर ली इन्हों लगता भी हर कुछ बिजनेस तोड़ जोड़ हाँ इन च बहुत माहर ने सुखबीर बादल जी मैं देखे इन्हों भी जेडे बंदे धक्का किया नहीं नहीं मेरे ना धक्का कर ही नहीं सकते मैं थोनों ऑन रिकॉर्ड कह सकता मैं सीएम सुन तो मुचदा नहीं किसी फसाण की कोशिश की मेरा की कर लिया कोई नवा मेरे नाना जी उन्होंने जेल कट्टी मेरे मामा जी ने छोटे होंदे ने धर्म युद्ध मोर्चे जेल कट्टी साडा परिवार आ मेरे पिछे कौन आ तुसी देख लो सर ठीक है इन्हें इन्हां ने आपदी जिंदगी देती जेल जूल तो बई जी मैं कई देख लिया ते जदों तुसी ऐ ला लो भी सन 2002 वाली इलेक्शन च की ढिलों की पहली इलेक्शन दे विच मैं उदों जेल कट ली उत्थे
फरीदकोट तो मैनू जेल जूल तो कोई डर नहीं, मेरा सारा हर तरह मैं ना परचियां तो डरा ना इन्हां तो डरा। ठीक है एक बार अड़िका जरूर ला सकते हो तुसीं, उत्ते नहीं डिगन लग्या। गुरप्रताप ने लुधियाने दे विच किस्मत क्यों नहीं जगवाई? लुधियाना एक्चुअली मैं लुधियाने का मैं तुहानूं दस्सां मैं रहा ही नहीं। देखो ये लोगों नूं एक वहम है, मैं चलो अज तुहानूं क्लीयर कर दिंदा, मेरा जन्म कित्थों दा पता तुहानूं? चंडीगढ़ PGI का। ठीक है तो मैं मेरी नर्सरी प्री नर्सरी फस्ट सैकेंड कितने है पता तुम? मोहाली पढ़ रहा मैं, मोहाली स्कूल जाता रहा उदो मेरे फादर का उरे पहला आके उरी रहिंदे सी काम कीता उन्होंने। तो मैं तो लुधियाने पढ़न लई गया, मैं नौवीं तक सिर्फ लुधियाने पढ़े हैं, नौवीं तो बाद मैं टेंथ की पाइन ग्रोव कसौली। ठीक है ग्यारहवीं बारहवीं की मैं चमन वाटिका अंबाला, कसौली भी इधर आ गया, चमन वाटिका भी इधर आ गया। 12th करन तो बाद मैं भद्दल लग गया, सारा इत्थे को मेरी यस। ते फिर मेरा तो एरिया ही ये नहीं ना कल्ला भी जे मतलब मान लो भी मैं तो उत्थे रहा ही नहीं कदे लुधियाने। लुधियाने नालों वध समा तो मैं उत्थे तो जे मान लो तुसी कोई सैकेंड थर्ड तो लैके नौवीं तक किन्ने साल है वो जोड़ लो, तो बाकी मैनू सारा ही मेरा सिसवा फार्म से पहला 2006 तो मैं सिसवा ही रहन लग गया सी, मेरी रहायश उत्थे सी। 2000 तो मैं चंडीगढ़ च है, 37 सेक्टर मेरे मासी जी का घर सी, उत्थे रह के मैं बीटेक दी चितकारा को पढ़ाई की। मेरा तो सारा चाइल्डहुड सारा कुछ ही इत्थे निकले। अच्छा रेगुलर चलेगा गुरप्रताप हुण जिवें सीनियर सिटीजन दी कैंपेन चल रही है, इवें लोकां दे विच रहेगा? बिल्कुल जां फिर 5 साल वास्ते फिर गायब हो जाएगा? नहीं 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 तुसीं देखो ये सवाल थोनू तेजी जी जे थोड़े अंदर माड़ी जी जमीर हुंदी थोनू पुछना ही नहीं सी चाहीदा, थोनू वी लोकां दे सवाल ने जी लोक पुछदे ने कहिंदे कि गुरप्रताप बहुत मुश्किल ते अज तुसीं रूबरू हो रहे हो क्योंकि असीं होए हैं पर वन टू वन तुसीं जिहड़े खुलासे कीते अपने परिवार बारे भी अपने बारे भी दावेदार हो जिहड़े मेरे वर्कर सपोर्टर भरा ने ओह जाके तां युद्ध लड़ सकदे ने, तुसीं जां उत्थे कंग साहिब नूं बुलाउंदे जां नाल राणा गिल नूं बुलाउंदे फिर मैं भी आ जांदा। ते दूजी गल मैं तुहानूं दसना चाहुंदा आ तुसीं मेरी लैंड दी रजिस्ट्री चैक कर सकदे हो, इह 17-18 च लई है मैं, ते नहीं तां मैनूं उरे जमीन लै के सारा एडा जगाड़ बनाउण दी लोड़ ही की सी जे मैं उरे ना आउणा हुंदा जां मैं ना रहिणा हुंदा, क्योंकि उदों मेरे इह गल सुणन चाही सी। किसे ने कहा सी वी भाई चलो असीं हुण इन्ने शाहूकार नहीं हैगे वी मतलब हौली हौली परमात्मा बख्शदा तुरिया जांदा हुण तां ठीक है सारा काम, पर उदों मैं लैंड लई रजिस्ट्री कराई फिर असी बनाया फिर उत्ते रहन दा कीता। मैं आम कमिटेड गुरप्रताप बारे तुसीं जिहड़ा उहदा फ्रेंड सर्कल है ऑल ओवर तुसीं एक गल पता कर लियो वी उह जबान दा इन्ना पक्का है जे किसे ते मैं खिज रख ली ठीक है मैं वह भी पूरी पकाई है बिल्कुल चाहे 8 साल बाद 10 साल बाद पका देवां पर मैं उह कढ़दा नहीं विचों। ते इह गल जिहड़ा मैं वादा कीता मैं उरे हाजर है आ थोड़ा कॉलेज आ देखो आ थोड़े सामने प्रतख है जिहड़ी बिल्डिंग च आपां बैठे हैं आ लॉन बार बिल्कुल उरे बुरा हाल हो गया सी बिल्ड सारा बिल्डिंग दा अज इसे कॉलेज रंग भाग लगे हुए ने। ते जे मैं रहना ही ना हुंदा जां मैं करना ही ना हुंदा तां मैनूं की लोड़ सी? गुरप्रताप हलका खड़ दे विच विचरेगा जां फिर चमकौर साहब दे विच कितें ना कितें लोकां दी सेवा करन लई अगे आएगा? नहीं नहीं मैं आ 20 दिन सिर्फ चमकौर साहब लाउणे ने टिल दी उस तों बाद मैं मेरा हलका ही खरड़ आ मैं खरड़ रहूंगा चौं लड़ूंगे इत्थों लड़ाऊंगे तो लड़ लेंगे मौका लगता देने के सीएम तो नहीं चलनी या कांग्रेस के थोन देगी मौका? जो मैं ये मानता है कोई किसी को मौका नहीं देता हूँ परमात्मा ने थोड़ी डेस्टिनी लिखी होती है जिन्हों जो मिलना होता बिन मंगे ही मिल जाता। ठीक है तो मैं मैनू एक गल याद आती है सरदार राजबीर सिंह पटियाला मेरे मामा जी कहिंदा यार की MLA अपनी बराबरी करूँ क्यों क्योंकि उन्होंने भी सर्कल बहुत सी बिल्कुल उन्होंने केस भी कई हंडाए सारा कुछ देखिया लाइफ बहुत हंडाई बठिंडा असी किसी की बाई इलैक्शन च कंपेनिंग करन जाना कुछ जाना। ठीक है तो जेड़ा मतलब उही नैटवर्क मेरा मेरा शायद उत्तों भी ज्यादा है क्योंकि मैं राजस्थान गुजरात अगे अगे तक टप गया तुसी मेरे फेसबुक देखियो एक अकाउंट च 5000 फ्रेंड पूरे ने दूजे ते 5000 पूरे ने फिर मैं पेज बना लिया ओहदे ते भी 6300-7000 क्योंकि मैं ऑर्गेनिक फ्रेंड्स ने वह पेड वाले एवं लीडर को नहीं भी 10000 करते थे इदा अज भी जाके मैं गुजरात खड़ा हुंना सुख नाल कोई ना कोई शहर च बंदा एहजा मिल जांदा जिहड़ा मेरे कई चैनल्स दे उत्ते इन्ने घोड़ियां दी इंटरव्यूज ने इन्ना वो है लोग पछाणदे ने प्यार दिंदे ने असीं बई जी ऑलरेडी सैलीब्रिटी कल्चर हंडा रहे हैं
ਗੁਰੂ ਪ੍ਰਤਾਪ ਮਾਮਾ ਜੀ ਦੀ ਜਿਹੜੀ ਛਵੀ ਬਣੀ ਹੋਈ ਆ ਹਲਕਾ ਖੜ ਦੇ ਵਿੱਚ, ਹਾਂਜੀ, ਲੋਕ ਉਮੀਦ ਕਰਨ ਤੁਹਾਤੋਂ ਕਿ ਤੁਸੀਂ ਆਓਗੇ? ਡੈਫੀਨੇਟਲੀ ਆਓਗੇ ਕਿ ਮੈਂ ਹੈਗਾ, ਮੈਂ ਵਿੱਚ ਹੀ ਹਾਂ, ਮੈਂ ਕਿਤੇ ਚੱਲੇ ਲੋਕਾਂ ਦੀ ਸੇਵਾ ਜੀ ਤਾਂ ਹੁਣ ਚੋਣ ਲੜਨ ਦੇ ਵਿੱਚ, ਕਿਉਂਕਿ ਚੋਣਾਂ ਤੁਸੀਂ ਪਿੱਛੇ ਹਟ ਰਹੇ ਹੋ, ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਟਿਕਟ ਹੀ ਭਰੀ ਹੈ, ਭਾਵੇਂ ਕਿ ਹਾਈਕਮਾਂਡ ਵੱਲੋਂ ਨਹੀਂ ਦਿੱਤੀ ਗਈ, ਪਰ ਅਗਲੇ 5 ਸਾਲ ਵਾਸਤੇ ਕੋਸ਼ਿਸ਼ ਕਰੋਗੇ? ਬਿਲਕੁਲ ਕਰਾਂਗੇ, ਬਿਲਕੁਲ ਕਰਾਂਗੇ, ਬਿਲਕੁਲ ਹਾਜ਼ਰ। ਕਾਂਗਰਸ ਤੋਂ ਦੇਖੋ, ਉਹ ਤਾਂ ਕਾਂਗਰਸ 'ਚ ਆ, ਤਾਂ ਕਾਂਗਰਸ ਤੋਂ ਹੀ ਕਰਾਂਗੇ, ਪਰ ਮਤਲਬ ਮੈਂ ਤਾਂ ਲੋਕਾਂ ਨਾਲ ਇਹ ਵਾਅਦਾ ਕਰ ਰਿਹਾ ਵੀ ਤੁਹਾਡੇ ਕੋਲ ਹੈ, ਤੁਹਾਡੇ ਵਿੱਚ ਹੈ। ਠੀਕ ਹੈ, ਧੰਨਵਾਦ ਜੀ ਤੁਹਾਡਾ, ਥੈਂਕ ਯੂ ਸੋ ਮਚ। ਅਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਸਨ ਗੁਰੂ ਪ੍ਰਤਾਪ ਪਡਿਆਲਾ, ਜਿਨ੍ਹਾਂ ਵੱਲੋਂ ਅੱਜ ਖੁੱਲ੍ਹ ਕੇ ਗੱਲ ਦੱਸ ਦਿੱਤੀ ਹੈ ਕਿ ਕਾਂਗਰਸ ਦੇ ਵਿੱਚ ਮੈਂ ਸ਼ਾਮਿਲ ਹਾਂ, ਮੈਂਬਰਸ਼ਿਪ ਮਿਲ ਚੁੱਕੀ ਹੈ। ਕਈ ਲੋਕਾਂ ਦੇ ਸਵਾਲ ਸੀ, ਟਿਕਟ ਵੀ ਅਪਲਾਈ ਕੀਤੀ ਸੀ, ਭਾਵੇਂ ਕਿ ਹਾਈਕਮਾਨ ਨੇ ਉਹਨਾਂ ਟਿਕਟ ਨਹੀਂ ਦਿੱਤੀ, ਪਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਲੋਕਾਂ ਦੇ ਵਿੱਚ ਲਗਾਤਾਰ ਵਿਚਰਨਗੇ ਅਤੇ 5 ਸਾਲ ਵਾਸਤੇ ਮੁੜ ਤੋਂ ਜਿਹੜਾ ਲੋਕਾਂ 'ਤੇ ਵਿਚਰ ਕੇ ਆਪਣਾ ਆਧਾਰ ਬਣਾਉਣਗੇ ਅਤੇ ਨਾਲ ਦੀ ਨਾਲ ਸੇਵਾ ਕਰਨ ਵਾਸਤੇ ਇਸ ਤਰੀਕੇ ਨਾਲ। ਇਹਨਾਂ ਦੇ ਮਾਮਾ ਜੀ ਦਾ ਨਾਮ ਸੀ ਰਾਜਵੀਰ ਸਿੰਘ ਪਡਿਆਲਾ, ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਉਸ ਤਰੀਕੇ ਨਾਲ ਹੀ ਗੁਰੂ ਪ੍ਰਤਾਪ ਪਡਿਆਲਾ ਇੱਕ ਉਹ ਨਾਮ ਹੈ ਜਿਸ ਦੀ ਸ਼ਕਲ ਨੂੰ, ਜਿਸ ਦੇ ਬੋਲ ਨੂੰ ਲੋਕ ਸੁਣਨਾ ਚਾਹੁੰਦੇ ਨੇ। ਤਾਂ ਅੱਜ ਅਸੀਂ ਤੁਹਾਡੇ ਨੂੰ ਰੂਬਰੂ ਕਰਾਇਆ, ਅਤੇ ਜੋ ਜਗਮੋਹਨ ਸਿੰਘ ਕੰਗ ਜਿਹੜੇ ਲਗਾਤਾਰ ਸੀਐਮ ਚੰਦਰ ਸਿੰਘ ਚੰਨੀ ਦੇ ਉੱਤੇ ਇਲਜ਼ਾਮ ਲਗਾ ਰਹੇ ਸੀ, ਵਿਜੇ ਸ਼ਰਮਾ ਟਿੰਕੂ ਦੇ ਉੱਤੇ ਇਲਜ਼ਾਮ ਲਗਾ ਰਹੇ ਸੀ, ਇਹਨਾਂ ਦੇ ਮਨ ਦੇ ਵਿੱਚ ਰੋਸ ਸੀ ਕਿ ਕਿਤੇ ਨਾ ਕਿਤੇ ਇੰਨੀ ਦੇਰ ਕਾਂਗਰਸ ਦੇ ਵਿੱਚ ਰਹੇ ਜਗਮੋਹਨ ਸਿੰਘ ਕੰਗ ਉਸੇ ਪਾਰਟੀ ਨੂੰ ਭੰਡ ਰਹੇ ਨੇ ਜਿਸ ਪਾਰਟੀ ਨੇ ਉਹਨਾਂ ਨੂੰ ਸਭ ਕੁਝ ਦਿੱਤਾ ਹੈ। ਤਾਂ ਉਹਨਾਂ ਨੇ ਵੱਲੋਂ ਦੱਸਿਆ ਕਿ ਹੁਣ ਉਹ ਸੀਐਮ ਚੰਦਰ ਸਿੰਘ ਚੰਨੀ ਦੇ ਹਲਕੇ ਦੇ ਵਿੱਚ ਕੰਪੇਨ ਕਰਨਗੇ, ਉਹਨਾਂ ਵਾਸਤੇ ਪ੍ਰਚਾਰ ਕਰਨਗੇ, ਅਤੇ ਨਾਲ ਦੀ ਨਾਲ ਜਗਮੋਹਨ ਸਿੰਘ ਕੰਗ ਦੇ ਅਸਤੀਫੇ ਵਾਸਤੇ ਵੀ ਉਹਨਾਂ ਨੇ ਮੰਗ ਕਰ ਦਿੱਤੀ ਹੈ ਕਿ ਹਾਈ ਕਮਾਂਡ ਨੂੰ ਚਾਹੀਦਾ ਕਿ ਇੱਦਾਂ ਦੇ ਜੋ ਸਾਬਕਾ ਮੰਤਰੀ ਨੇ ਜਾਂ ਉਹਨਾਂ ਦੇ ਬੇਟੇ ਨੇ ਉਹਨਾਂ ਨੂੰ ਕਾਂਗਰਸ ਛੱਡ ਦੇਣੀ ਚਾਹੀਦੀ ਹੈ। ਅਤੇ ਉਹਨਾਂ ਵੱਲੋਂ ਇਹ ਵੀ ਚੈਲੰਜ ਕਰ ਦਿੱਤਾ ਕਿ ਹੁਣ ਯਾਦਵਿੰਦਰ ਸਿੰਘ ਬੰਨੀ ਜ਼ਰੂਰ ਮੈਦਾਨ ਦੇ ਵਿੱਚ ਆਵੇ, ਪਤਾ ਲੱਗ ਜਾਏਗਾ ਕਿ ਕਾਂਗਰਸ ਕਰਕੇ ਉਹ ਸੀ ਜਾਂ ਉਹਨਾਂ ਕਰਕੇ ਕਾਂਗਰਸ ਸੀ। ਤਾਂ ਹੁਣ ਦੇਖਦੇ ਹਾਂ ਕਿ 2022 ਦੇ ਵਿੱਚ ਹਲਕਾ ਖੜ੍ਹ ਤੋਂ ਕੌਣ ਨੇਤਾ ਜਿੱਤਦਾ ਹੈ। ਧੰਨਵਾਦ।